सुरभकलार डोलन ख प्रभु नानक नानकदेकर हि कुलते होय ਤਾਹੀ ਕੁਲ ਕੋ ਨਾ ਪੁੰਦਵਾ ਦਸ ਗੋਰਿੰਦ ਕੋ ਮੇਰੀ ਹੈ ਪਰ ਨਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣ ਤੇ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੰਪਤੇ ਕਿਆ ਲਗੈ ਮੇਰਾ ਪਰਮ ਸਨਮਾਨਯੋਗ ਸਤਗੁਰਾਂ ਦਾ ਧਿਆਨ ਧਰ ਕੇ ਇਕਤਰ ਹੋਏ ਸਤਸੰਗੀ ਜਨ ਇੱਕ ਵਾਰ ਆਪਣੇ ਹਿਰਦੇ ਦੇ ਮੰਦਰ ਨੂੰ ਪਾਵਨ ਕਰਨ ਦੇ ਲਈ ਸਭ ਗੱਜ ਕੇ ਆਖੋ ਤਨ ਤਨ ਸ੍ਰੀ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਇੱਕ ਵਾਰ ਫੇਰ ਸਬਦਮ ਕਰੀਏ ਹਾਜ਼ਰਾ ਹਯੂਰ ਸਤਿਗੁਰਾਂ ਨੂੰ ਯਾਦ ਕਰੀਏ ਜਿਨ੍ਹਾਂ ਦੇ ਚਰਨਾਂ ਦਾ ਆਸਰਾ ਲੈ ਕੇ ਸពਵ ਸਾਗਰ ਤੋਂ ਪਾਰ ਜਾਣਾ ਸਭ ਇੱਕ ਵਾਰ ਗੱਜ ਕੇ ਆਖੋ ਤਨ ਤਨ ਸ੍ਰੀ ਸਤਿਗੁਰੂ ਕੁਦਰ ਸਿੰਘ ਸਾਹਿਬ ਸੱਚੇ ਪਾਤਸ਼ਾਹੀ ਗੁਰੂ ਨਾਨਕ ਦੇਵ ਸਤਿਗੁਰੂ ਜੀ ਜਿਨ੍ਹਾਂ ਤੇ ਬਾਬਤ ਇੱਕ ਕਵੀ ਲਿਖਦਾ ਹੈ ਕਿ ਤੈਨੂੰ ਆਖਣ ਸਮਝਾਂ ਵਾਲੇ ਸੰਜਾ ਨਬੀ ਜਹਾਨ ਦਾ ਤੂੰ ਤੇਰੇ ਵਿੱਚ ਨਹੀਂ ਵਖ ਵਖੀਵਾ ਸਭ ਨੂੰ ਇੱਕੋ ਜਾਣ ਦਾ ਤੂੰ ਹਿੰਦੂ ਹੋਵੇ ਮੁਸਲਮ ਹੋਵੇ ਦਰਦੀ ਹਰ ਇਨਸਾਨ ਦਾ ਤੂੰ ਤੇਰੇ ਦਿਲ ਦੀ ਦੁਨੀਆ ਓਦੋਂ ਪੱਤਝੜ ਵਰਗੀ ਹੋ ਜਾਵੇ ਜਦੋਂ ਕਿਸੇ ਦੁਖੀਏ ਦੀ ਅੱਖ ਚੋਂ ਅਥਰੂ ਇੱਕ ਵੀ ਝੋ ਜਾਵੇ ਐਸੇ ਦਰਦੇ ਦਿਲ ਪਾਤਸ਼ਾਹ ਗੁਰੂ ਨਾਨਕ ਦੇਵ ਜੇਨਾ ਨੇ ਧਰਮ ਦੇ ਮਾਇਨੇ ਬਦਲ ਦਿੱਤੇ 16 ਸਾਲ ਉਹਨਾਂ ਦੀ ਉਮਰ ਹੈ ਤੇ ਤਲਵੰਡੀ ਤੋਂ ਹੁਣ ਭਾਈਆ ਜੈ ਰਾਮ ਜੀ ਦੇ ਨਾਲ ਸੁਲਤਾਨਪੁਰ ਆ ਗਏ ਆਪਣੀ ਭੈਣ ਦੇ ਪਿੰਡ ਬੇਬੇ ਨਾਨਕੀ ਜੀ ਦੇ ਕੋਲ ਸਰੀਰ ਕਰਕੇ ਉਹਨਾਂ ਦੀ ਅਵਸਥਾ 16 ਸਾਲ ਕਿਸ਼ੋਰ ਅਵਸਥਾ ਜਿਹਨੂੰ ਟੀਨੇਜ ਵੀ ਆਖਦੇ ਹਨ ਸਤਿਗੁਰੂ ਜੀ ਦਾ ਸੁਲਤਾਨਪੁਰ ਆਉਣਾ ਉਹਨਾਂ ਦੇ ਜੀਵਨ ਵਿੱਚ ਬਹੁਤ ਮਹੱਤਵਤਾ ਰੱਖਦਾ ਹੈ ਸੁਲਤਾਨਪੁਰ ਦੇ ਵਿੱਚ ਆਉਣ ਦੇ ਨਾਲ ਉਹਨਾਂ ਦੇ ਜੀਵਨ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੁੰਦਾ ਹੈ ਇੱਕ ਨਵਾਂ ਪਖ ਉਗੜ ਕੇ ਸਾਹਮਣੇ ਆਉਂਦਾ ਇੱਕ ਨਵਾਂ ਚੈਪਟਰ ਇੱਥੇ begun ਹੁੰਦਾ ਕਰਤਾਰਪੁਰ ਗੁਰੂ ਨਾਨਕ ਦੇਵ ਜੀ ਨੇ ਖੇਤੀ ਕੀਤੀ ਅੰਤਲਾ ਸਮਾਂ ਬਤਾਇਆ ਉਹ ਵੀ ਬਹੁਤ ਮਹੱਤਵਤਾ ਰੱਖਦਾ ਸਥਾਨ ਇੱਕ ਤਲਵੰਡੀ ਬਹੁਤ ਮਹੱਤਵਪੂਰਨ ਇਤਿਹਾਸਿਕ ਸਥਾਨ ਹੈ ਉਹ ਖੇਤਰ ਹੈ ਜਿੱਥੇ ਸਤਗੁਰਾਂ ਨੇ ਜੀਵਨ ਦੇ ਮੁੱਢਲੇ ਵਰੇ ਬਤਾਏ ਤੇ ਜਿਸ ਜਗ੍ਹਾ ਦੇ ਉੱਤੇ ਉਹਨਾਂ ਨੇ ਆਪਣੇ ਉਹ ਹਰੇ ਪਰੇ ਜਵਾਨੀ ਦੇ ਦਿਨ ਬਤੀਤ ਕੀਤੇ ਉਹ ਸੁਲਤਾਨਪੁਰ ਹੀ ਇਲਾਕਾ ਸੀ ਜਿੱਥੇ ਸਤਿਗੁਰਾਂ ਦੇ ਵਿਚਾਰਾਂ ਨੇ ਕਰਵਟ ਲਈ ਜਦੋਂ ਗੁਰੂ ਨਾਨਕ ਦੇਵ ਸਤਿਗੁਰੂ ਜੀ ਤਲਵੰਡੀ ਤੋਂ ਆਏ ਨੇ ਸੁਲਤਾਨਪੁਰ ਇੱਥੇ ਇਹ ਇਲਾਕਾ ਸਾਰਾ ਦੁਆਬੇ ਦਾ ਨਵਾਬ ਦੀ ਸਰਪ੍ਰਸਤੀ ਦੇ ਹੇਠ ਸੀ ਉਸਦੇ ਅਦਿਨ ਹੀ ਜਾਂ ਉਸਦੇ ਦਰਬਾਰ ਦੇ ਵਿੱਚ ਹੀ ਪਾਇਆ ਜੈ ਰਾਮ ਜੀ ਮਨਿਸਟਰ ਸਨ ਉਹ ਦੀਵਾਨ ਸਨ ਅਫਸਰੇ ਮਾਲ ਸਨ ਤੇ ਬਹੁਤ ਜ਼ਿਆਦਾ ਮਹੱਤਵਪੂਰਨ ਸਥਾਨ ਸੀ ਉਹਨਾਂ ਦਾ ਇਸ ਕਰਕੇ ਨਵਾਬੀ ਪਾਇਆ ਜੈ ਰਾਮ ਜੀ ਦਾ ਆਦਰ ਸਨਮਾਨ ਕਰਦਾ ਸੀ ਉੱਥੇ ਇੱਕ ਬਹੁਤ ਵੱਡਾ ਮੋਦੀ ਖਾਨਾ ਸੀ ਬਹੁਤ ਵੱਡੀ ਇੱਕ ਦੁਕਾਨ ਕਿਉਂਕਿ ਸਾਰੇ ਦਵਾਬੇ ਦਾ ਇੱਕ ਕੇਂਦਰ ਸੀ ਸੁਲਤਾਨਪੁਰ ਜਲੰਧਰ ਦਾ ਸਾਰਾ ਜ਼ਿਲ੍ਹਾ ਜਾਹੂਰ ਜਿੰਨਾ ਵੀ ਇਲਾਕਾ ਉਥੋਂ ਦੀ ਕੈਪੀਟਲ ਸੀ ਸੁਲਤਾਨਪੁਰ ਉਸ ਵਕਤ ਜੋ ਕਰ ਸੀ ਕਰ ਟੈਕਸ ਉਹ ਵੀ ਧਨ ਦੇ ਰੂਪ ਵਿੱਚ ਵੀ ਲਿਆ ਜਾਂਦਾ ਸੀ ਪਰ ਬਹੁਤ ਆਦ ਬਹੁਤ ਹਿੱਸਾ ਦਾਣਿਆਂ ਦੇ ਅਨਾਜ ਦੇ ਜਿੰਸ ਤੇ ਰੂਪ ਦੇ ਵਿੱਚ ਇਕੱਤਰ ਕੀਤਾ ਜਾਂਦਾ ਸੀ ਤੇ ਉਹ ਸਾਰੇ ਇਲਾਕੇ ਦਾ ਇਕੱਤਰ ਹੋ ਕੇ ਸੁਲਤਾਨਪੁਰ ਆਉਂਦਾ ਤੇ ਜਿੱਥੇ ਉਹ ਇਕੱਤਰ ਹੁੰਦਾ ਲੇਖਾ ਜੋਖਾ ਹੁੰਦਾ ਤੋਲਿਆ ਮਿਣਿਆ ਜਾਂਦਾ ਉਹ ਜਗਾ ਉਹ ਮੋਦੀ ਖਾਨਾ ਉਥੇ ਇੱਕ ਅਫਸਰ ਦੀ ਜ਼ਰੂਰਤ ਸੀ ਇੱਕ ਸੁਪਰਵਾਈਜ਼ਰ ਦੀ ਉਥੇ ਜ਼ਰੂਰਤ ਸੀ ਇੱਕ ਕਰਮਚਾਰੀ ਦੀ ਕਿਉਂਕਿ ਇਹ ਇਲਾਕਾ ਬਹੁਤ ਵੱਡਾ ਸੀ ਤੇ ਬੜੀ ਜ਼ਿੰਮੇਵਾਰੀ ਵਾਲੀ ਉਹ ਜੌਬ ਸੀ ਬਹੁਤ ਜ਼ਿਆਦਾ ਕੋਈ ਭਰੋਸੇ ਵਾਲਾ ਆਦਮੀ ਚਾਹੀਦਾ ਸੀ ਤੇ ਨਵਾਬ ਨੇ ਜੈ ਰਾਮ ਜੀ ਦੇ ਭਰੋਸੇ ਤੇ ਗੁਰੂ ਨਾਨਕ ਦੇਵ ਜੀ ਨੂੰ ਉੱਥੇ ਨੌਕਰੀ ਦਵਾ ਦਿੱਤੀ ਇੱਥੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਜੋ ਵਿਦਿਆ ਸੀ ਉਹ ਕਿੰਨੀ ਉੱਚ ਪਾਏ ਦੀ ਸੀ ਕਿੰਨੇ ਜ਼ਿਆਦਾ ਉਹ ਲਿਟਰੇਟ ਸਨ ਕਿਉਂਕਿ ਬਹੁਤ ਪੜ੍ਹੇ ਲਿਖੇ ਆਦਮੀ ਦਾ ਉੱਥੇ ਕੰਮ ਸੀ ਹਰ ਇੱਕ ਦਾ ਜੋ ਹਿਸਾਬ ਕਿਤਾਬ ਸੰਭਣਾ ਅਕਾਊਂਟੈਂਸੀ ਹਰ ਇੱਕ ਦੀ ਲੇਖਾ ਪੜ੍ਹੀ ਸੀ ਬਹੁਤ ਜਿਆਦੀ ਤੇ ਉਸ ਵਕਤ ਦਾ ਜਿੰਨਾ ਵੀ ਸਾਰਾ ਇਹ ਲੇਖਾ ਜੋਖਾ ਸੀ ਸਰਕਾਰੀ ਕਮਕਾਰ ਜਿੰਨੇ ਵੀ ਸਨ ਅਰਜੀ ਸੀ ਜਾਂ ਹੋਰ ਹਿਸਾਬ ਕਿਤਾਬ ਸੀ ਸਭ ਫਾਰਸੀ ਦੇ ਵਿੱਚ ਹੁੰਦਾ ਸੀ ਫਾਰਸੀ ਹੀ ਰਾਜ ਭਾਸ਼ਾ ਰਹੀ ਬਾਦ ਵਿੱਚ ਵੀ ਅੰਗਰੇਜ਼ਾਂ ਦੇ ਵਕਤ ਤੱਕ ਫਾਰਸੀ ਹੀ ਰਾਜ ਭਾਸ਼ਾ ਰਹੀ ਪੂਰੇ ਹਿੰਦੁਸਤਾਨ ਦੀ ਕਿਉਂਕਿ ਇਹ ਫਾਰਸਪਰਸ਼ੀਆ ਦੇ ਈਰਾਨ ਦੇ ਜਿਹੜੇ ਹੁਕਮਰਾਨ ਸਨ ਜਾਂ ਉੱਥੋਂ ਦੇ ਵਸਿੰਦੇ ਸਨ ਸਾਡੇ ਤੇ ਹੁਕਮਰਾਨ ਹੋਏ ਸਾਡੇ ਤੇ ਆ ਕੇ ਉਹਨਾਂ ਨੇ ਕਬਜ਼ਾ ਕੀਤਾ ਮੁਗਲਾਂ ਨੇ ਕੀਤਾ ਤੁਰਕਾਂ ਨੇ ਕੀਤਾ ਤੁਗਲਕਾਂ ਨੇ ਕੀਤਾ ਇਹ ਉਸ ਇਲਾਕੇ ਦੇ ਸੰਨ ਤੇ ਉਹਨਾਂ ਨੇ ਆਪਣੀ ਮਾਤ ਭਾਸ਼ਾ ਨੂੰ ਆਪਣੀ ਮਦਰ ਟੰਗ ਨੂੰ ਇੱਥੇ ਆ ਕੇ ਰਾਜ ਭਾਸ਼ਾ ਬਣਾਇਆ ਆਫੀਸ਼ੀਅਲ ਲੈਂਗੁਏਜ ਉਸ ਵਕਤ ਫਾਰਸੀ ਸੀ ਤੇ ਫਾਰਸੀ ਸਮਝਣ ਦੇ ਲਈ ਜਾਂ ਫਾਰਸੀ ਜਾਣਨ ਵਾਲਾ ਹੀ ਕੋਈ ਆਦਮੀ ਉੱਥੇ ਸਮਝਦਾ ਹੋਵੇ ਜਿਹੜਾ ਉਹੀ ਉੱਥੇ ਨੌਕਰੀ ਕਰ ਸਕਦਾ ਸੀ ਮੋਦੀ ਖਾਨੇ ਦੇ ਵਿੱਚ ਇਥੋਂ ਇਹ ਵੀ ਸੰਕੇਤ ਮਿਲਦਾ ਕਿ ਗੁਰੂ ਨਾਨਕ ਦੇਵ ਜੀ ਮੋਦੀ ਖਾਨੇ ਦੇ ਵਿੱਚ ਨੌਕਰੀ ਕਰਨ ਦੇ ਲਈ ਜੇ ਲੱਗੇ ਹਨ ਜਾਂ ਉਹਨਾਂ ਨੂੰ ਨੌਕਰੀ ਮਿਲੀ ਹੈ ਤੇ ਬਹੁਤ ਜ਼ਿਆਦਾ ਪੜ੍ਹੇ ਲਿਖੇ ਸਨ ਬਹੁਤ ਉੱਚ ਤਾਲੀਮ ਦੇ ਉਹ ਉਹਨਾਂ ਨੇ ਹਾਸਲ ਕੀਤੀ ਸੀ ਤੇ ਇਥੇ ਸੁਲਤਾਨਪੁਰ ਲੈ ਰਹੇ ਸਨ ਇੱਕ ਮੁਸਲਿਮ ਸਕਾਲਰ ਹੈ ਪਾਕਿਸਤਾਨ ਦਾ ਜਿਨੇ ਗੁਰੂ ਨਾਨਕ ਦੇਵ ਜੀ ਤੇ ਹੀ ਸਟੱਡੀ ਕੀਤੀ ਹੈ ਜਾਂ ਫਰਦਰ ਰਿਸਰਚ ਕੀਤੀ ਜਿਸ ਨੇ ਉਹ ਸਕਾਲਰ ਨੇ ਇਹ ਵੀ ਆਖਿਆ ਕਿ ਇਹ ਜੋ ਸੁਲਤਾਨਪੁਰ ਦਾ ਇਲਾਕਾ ਸੀ ਨਾ ਇੱਥੇ ਕੱਲੀ ਨੌਕਰੀ ਕਰਨ ਆਉਣਾ ਜਾਂ ਕੋਈ ਹੋਰ ਪਰਵਾਰਿਕ ਕਾਰਨਾ ਕਰਕੇ ਹੀ ਨਹੀਂ ਸਨ ਆਏ ਗੁਰੂ ਨਾਨਕ ਦੇਵ ਜੀ ਇੱਥੇ ਇੱਕ ਮਦਰਸਾ ਸੀ ਜੋ ਸਕੂਲ ਸੀ ਇੱਕ ਯੂਨੀਵਰਸਿਟੀ ਸੀ ਬਹੁਤ ਵੱਡੀ ਮਦਰਸਾ ਜੋ ਮੁਸਲਮਾਨ ਮਦਰਸਾ ਆਖਦੇ ਹਨ ਜੋ ਉਹਨਾਂ ਦੀ تعلیم ਵਿੱਦਿਆ ਹਾਸਲ ਕਰਨ ਦਾ ਜੋ ਆਧਾਰਾ ਜਿਵੇਂ ਪਾਠਸ਼ਾਲਾ ਤੇ ਬਹੁਤ ਵੱਡੀ ਯੂਨੀਵਰਸਿਟੀ ਹੁਣ ਕਾਰਨ ਵੀ ਸਤਗੁਰੂ ਨਾਨਕ ਦੇਵ ਜੀ ਇੱਥੇ ਆਏ ਤੇ ਉਹ ਪੜ੍ਹਦੇ ਵੀ ਰਹੇ ਉਹਨਾਂ ਦਾ ਦ੍ਰਿਸ਼ਟੀਕੋਣ ਹੈ ਉਹਨਾਂ ਦਾ ਪੁਆਇੰਟ ਆਫ View ਜਾਂ ਉਹਨਾਂ ਦੀ ਰਿਸਰਚ ਹੈ ਬਹੁਤ ਜ਼ਿਆਦਾ ਉਹਨਾਂ ਨੇ ਇੱਥੇ ਪੜ੍ਹਾਈ ਕੀਤੀ ਤੇ ਉਹ ਇਹ ਵੀ ਆਖਦੇ ਨੇ ਕਿ ਐਡੀ ਵੱਡੀ ਹੈ ਯੂਨੀਵਰਸਿਟੀ ਸੀ ਕਿ ਹਿੰਦੁਸਤਾਨ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਨਾਮ ਸੀ ਔਰੰਗਜ਼ੇਬ ਵੀ ਇੱਥੇ ਪੜਦਾ ਰਿਹਾ ਉਸ ਦਾ ਲੜਕਾ ਵੀ ਇੱਥੇ ਆ ਕੇ ਇਸੇ ਯੂਨੀਵਰਸਿਟੀ ਤੋਂ ਪੜਦਾ ਰਿਹਾ ਜੋ ਸੁਲਤਾਨਪੁਰ ਸੀ ਹੋ ਸਕਦਾ ਕਿ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਇੱਥੇ ਐਜੂਕੇਸ਼ਨ ਲਈ ਹੋਵੇ ਜਾਂ ਲਿਟਰੇਟ ਉਥੋਂ ਲਿਟਰੇਸੀ ਹਾਸਲ ਕੀਤੀ ਹੋਵੇ ਬਾਦ ਵਿੱਚ ਉਥੇ ਨੌਕਰੀ ਕੀਤੀ ਜਾਂ ਉਹਨਾਂ ਨੇ ਆਪਣੀ تعلیم ਆਪਣੀ ਵਿੱਦਿਆ ਤਲਵੰਡੀ ਰਹੀ ਇਸ ਪੱਖ ਨੂੰ ਛੱਡਦੇ ਹੋਏ ਜੇ ਵੇਖਿਆ ਜਾਵੇ ਕਿ ਗੁਰੂ ਨਾਨਕ ਦੇਵ ਜੀ ਨੇ ਜਦੋਂ ਨੌਕਰੀ ਕੀਤੀ ਹੈ ਮੋਦੀ ਖਾਨੇ ਭਾਵੇਂ ਉਹ ਸਰੀਰਕ ਤੌਰ ਤੇ ਦੁਨਿਆਵੀ ਤੌਰ ਤੇ ਇਥੇ ਨੌਕਰੀ ਕਰਦੇ ਹਨ ਸਤਗਰਾਂ ਦੇ ਮਨ ਦੇ ਵਿੱਚ ਵਿਚਾਰਾਂ ਦੀ ਕ੍ਰਾਂਤੀ ਆਈ ਉਸੇ ਸੁਲਤਾਨਪੁਰੇ ਇਲਾਕੇ ਦੇ ਵਿੱਚ ਬੜੇ ਨਵੇਂ ਵਿਚਾਰ ਬਹੁਤ ਨਵੇਂ ਥੌਟ ਸਤਿਗੁਰਾਂ ਦੇ ਮਨ ਵਿੱਚ ਉੱਭਰ ਕੇ ਸਾਹਮਣੇ ਆਏ ਕਿਉਂਕਿ ਪਹਿਲਾਂ ਤਲਵੰਡੀ ਸਨ ਤੇ ਉੱਥੇ ਛੋਟਾ ਜਿਹਾ ਸੀਮਤ ਜਿਹਾ ਸਮਾਜ ਸੀ ਸੋਸਾਇਟੀ ਇੱਕ ਸ਼ਹਿਰ ਦੀ ਇੱਕ ਪਿੰਡ ਦੀ ਇੱਕ ਕਸਬੇ ਦੀ ਜਿੰਨੀ ਕੁ ਸੀ ਉਨੀਕ ਹੀ ਸੁਸਾਇਟੀ ਦੇ ਨਾਲ ਸਤਿਗੁਰਾਂ ਦਾ رابطہ ਸੀ ਸਤਿਗੁਰਾਂ ਦੇ ਸੰਬੰਧ ਸਨ ਰਿਸ਼ਤੇਦਾਰੀਆਂ ਸਨ ਜਾਂ ਮੇਲ ਮਿਲਾਪ ਜਾਣਕਾਰੀ ਸੀ ਪਰ ਜਦੋਂ ਗੁਰੂ ਨਾਨਕ ਦੇਵ ਜੀ ਤਲਵੰਡੀ ਨੂੰ ਛੱਡ ਕੇ ਸੁਲਤਾਨਪੁਰ ਆਏ ਵੱਡਾ ਸ਼ਹਿਰ ਸੀ ਰਾਜਧਾਨੀ ਸੀ ਇੱਕ ਦੂਜਾ ਕਿ ਉਹ ਜੋ ਇਲਾਕਾ ਸੀ ਇਹ ਸੁਲਤਾਨਪੁਰ ਦਾ ਹੁਣ ਉਮਰ ਵੀ ਵੱਧ ਚੁੱਕੀ ਸੀ ਪਹਿਲਾਂ ਬਾਲਪਨ ਸੀ ਬਚਪਨ ਸੀ ਹੁਣ ਕਿਸ਼ੋਰ ਅਵਸਥਾ ਦੇ ਵਿੱਚ ਜਵਾਨੀ ਵੱਲ ਸਤਿਗੁਰੂ ਜੀ ਵੱਧੇ ਹਨ ਸੰਭਾਲ ਲਈ ਆਈ ਹੈ ਤੇ ਸਤਿਗੁਰੂ ਜੀ ਜਦੋਂ ਇੱਥੇ ਆਏ ਨੇ ਨਵੇਂ ਲੋਕਾਂ ਦੇ ਨਾਲ ਇੱਕ ਨਵੇਂ ਹਾਲਾਤ ਦੇ ਨਾਲ ਨਵੇਂ ਸਮਾਜ ਦੇ ਨਾਲ ਸਤਿਗੁਰੂ ਜੀ ਰੂਹ ਭਰੂ ਹੋਏ ਨਵੇਂ ਤਰੀਕੇ ਦੇ ਲੋਕ ਮਿਲੇ ਨਵੇਂ ਤਰੀਕੇ ਦੀਆਂ ਇੱਥੇ ਉਹਨਾਂ ਨੇ ਜੋ ਸੰਭਾਵਨਾਵਾਂ ਸਨ ਉਹਨਾਂ ਦੇ ਹਿਰਦੇ ਵਿੱਚ ਪਨਪੀਆਂ ਬਹੁਤ ਜ਼ਿਆਦਾ ਪ੍ਰਸਥਿਤੀਆਂ ਬਦਲ ਗਈਆਂ ਇੱਥੇ ਆ ਕੇ ਉਹਨਾਂ ਨੇ ਵੇਖਿਆ ਕਿ ਕਿਵੇਂ ਇਹ ਉਹ ਜੋ ਨਵਾਬ ਹੈ ਇਹ ਐਸ਼ੋ ਆਰਾਮ ਦੇ ਨਾਲ ਆਪਣੀ ਜ਼ਿੰਦਗੀ گزارਦਾ ਪਿਆ ਸਰੀਰਕ ਤੌਰ ਤੇ ਮੋਦੀ ਖਾਨੇ ਵਿੱਚ ਨੌਕਰੀ ਕਰਦੇ ਹਨ ਠੀਕ ਹੈ ਸਵੇਰੇ ਉੱਠਦੇ ਹਨ ਬੇਬੇ ਨਾਨਕੀ ਜੀ ਦੇ ਘਰ ਹੀ ਰਹਿ ਕੁਝ ਸਾਲ ਕੁਝ ਚਿਰ ਸਾਲ ਤੋਂ ਲੈ ਕੇ 1.5 ਸਾਲ ਤੱਕ ਹੋ ਸਕਦਾ ਹੈ ਜਾਂ ਉਸ ਤੋਂ ਘੱਟ ਕੁਝ ਸਮਾਂ ਪੱਕਾ ਨਹੀਂ ਉਥੇ ਰਹੇ ਹਨ ਪਰ ਕੁਝ ਚਿਰ ਤੇ ਬੇਬੇ ਨਾਨਕੀ ਜੀ ਦੇ ਕੋਲ ਹੀ ਸਵੇਰੇ ਤਰ ਕੇ ਤੜਕੇ ਉੱਠ ਜਾਣਾ ਸੂਰਜ ਚੜਨ ਤੋਂ ਪਹਿਲਾਂ ਤੇ ਸਾਰੇ ਸੁੱਤੇ ਹੁੰਦੇ ਸਨ ਜਦੋਂ ਗੁਰੂ ਨਾਨਕ ਦੇਵ ਮਹਾਰਾਜ स्नान ਕਰਕੇ ਸਮਾਧੀ ਲਾ ਕੇ ਬਹਿ ਜਾਂਦੇ ਤੇ ਵਿਚਾਰ ਕਰਦੇ ਆਤਮ ਚਿੰਤਨ ਕਰਦੇ ਅੰਦਰ ਦੀ ਖੋਜ ਤੇ ਇੱਕ ਵਖਰਾ ਜਿਹਾ ਸਤਗੁਰਾਂ ਨੇ ਉਸ ਵਕਤ ਅਨੁਭਵ ਕੀਤਾ ਇਸ ਸਮਾਜ ਦਾ ਇਸ ਸਾਰੇ ਜੋ ਉਸ ਵਕਤ ਜਲਦਾ ਪਿਆ ਸੀ ਦੁਨੀਆ ਦੇ ਵਿੱਚ ਸਾਰੇ ਸੰਸਾਰ ਦਾ ਸਤਗੁਰਾਂ ਨੇ ਚਿੰਤਨ ਕੀਤਾ ਅਧਿਐਨ ਕੀਤਾ ਤੇ ਇਹ ਸਾਰਾ ਕੁਝ ਹੋਇਆ ਉਸ ਸੁਲਤਾਨ ਪਰ ਤੇ ਸਤਗੁਰੂ ਜੀ ਵਿਚਾਰ ਕਰਦੇ ਹਨ ਧਿਆਨ ਇਕਾਗਰ ਕਰਦੇ ਨੇ ਆਪਣੇ ਮਨ ਦੀ ਵਰਤੀ ਨੂੰ ਜੋੜਦੇ ਹਨ ਉਸ ਪ੍ਰਭੂ ਦੇ ਚਰਨਾਂ ਦੇ ਵਿੱਚ ਤੇ ਕੁਝ ਚਿਰ ਧਿਆਨ ਇਕਾਗਰ ਕਰਕੇ ਆਪਣੇ ਹੀ ਨਿਜ ਸਰੂਪ ਆਪਣਾ ਹੀ ਸਰੂਪ ਸੀ ਉਹਨਾਂ ਦਾ ਜੋ ਨਿਰਾਰਕਾਰ ਥਣ ਤੇ ਹੁਣ ਸাকার ਹੋ ਕੇ ਆਪ ਹੀ ਆਕਾਰ ਲੈ ਕੇ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਆਏ ਉਹੀ ਅਕਾਲ ਪੁਰਖ ਤੇ ਉਸ ਆਪਣੇ ਰੂਪ ਦੇ ਵਿੱਚ ਦੁਬਾਰਾ ਉਹਨਾਂ ਨੇ ਆਪਣੀ ਬਿਰਤੀ ਨੂੰ ਇਕਾਗਰ ਕਰਨਾ ਤੜਕੇ ਉੱਠ ਕੇ ਅਮਰਤ ਵੇਲੇ ਅਮਰਤ ਵੇਲੇ ਦੀ ਬਹੁਤ ਮਹਾਨਤਾ ਮਹੱਤਵਤਾ ਹੈ ਬਹੁਤ ਜ਼ਿਆਦਾ ਇਸ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹਰ ਧਰਮਨ ਦੇ ਵਿੱਚ ਬਾਈਬਲ ਦੇ ਵਿੱਚ ਲਿਖਿਆ ਕਿ ਜੇ ਤੁਸੀਂ ਮੈਨੂੰ ਲੱਭਣਾ ਚਾਹੁੰਦੇ ਹੋ ਈਸੂ ਮਸੀਹ ਨੇ ਆਖਿਆ ਕਿ ਸਭ ਤੋਂ ਲੱਭਣ ਦਾ ਵਧੀਆ ਵੇਲਾ ਅਮਰਤ ਵੇਲਾ ਹੈ ਅਰਲੀ ਮਾਰਨਿੰਗ ਜੇ ਤੁਸੀਂ ਮੈਨੂੰ ਲੱਭੋਗੇ ਮੈਂ ਤੁਹਾਡੇ ਕੋਲ ਹੋਵਾਂਗਾ ਤੁਹਾਨੂੰ ਛੇਤੀ ਮਿਲ ਜਾਏ ਮਿਲ ਜਾਵਾਂਗਾ ਕੁਰਾਨ ਦੇ ਵਿੱਚ ਲਿਖਿਆ ਕਿ ਫਜ਼ਰ ਦੀ ਨਵਾਜ਼ ਅਦਾ ਕਰਨ ਦਾ ਬਹੁਤ ਮਹੱਤਵ ਪੂਰਨ ਇਸ ਦਾ ਫਲ ਹੈ ਤੇ ਜਿਹੜਾ ਆਦਮੀ ਅਮਰਤ ਵੇਲੇ ਉੱਠਦਾ ਜਿਹੜਾ ਆਦਮੀ ਪਹਿਰ ਰਹਿਂਦੀ ਰਾਤ ਉੱਠ ਕੇ ਇਸ਼ਨਾਨ ਕਰਦਾ ਤੇ ਖੁਦਾ ਦੀ ਇਬਾਦਤ ਕਰਦਾ ਖੁਦਾ ਹਉ ਤੇ ਸਭ ਤੋਂ ਰਾਜੀ ਹੈ ਇਹ ਕੁਰਾਨ ਦੇ ਵਿੱਚ ਲਿਖਿਆ ਇਹ ਮੁਸਲਿਮਤ ਹੈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਨੂੰ ਮਹਾਨਤਾ ਦਿੱਤੀ ਹਿੰਦੂ ਇਤਿਹਾਸ ਦੇ ਵਿੱਚ ਜਾਂ ਵੈਦਿਕ ਰੀਤ ਦੇ ਵਿੱਚ ਮਤ ਦੇ ਵਿੱਚ ਬ੍ਰਹਮ ਮਹੂਰਤ ਨੂੰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਮੰਨਿਆ ਅੰਮ੍ਰਿਤ ਵੇਲੇ ਨੂੰ ਬ੍ਰਹਮ ਮਹੂਰਤ 2 ਤੋਂ ਲੈ ਕੇ 6 ਵਜੇ ਤੱਕ 5:30 ਵਜੇ ਤੱਕ ਦਾ ਜੋ ਵਕਤ ਹੈ ਉਸ ਨੂੰ ਬ੍ਰਹਮ ਮਹੂਰਤ ਆਖਦੇ ਨੇ ਕਿ ਇਸ ਵਕਤ ਤੇ ਬ੍ਰਹਮ ਮਹੂਰਤ ਆਖਿਆ ਇਹ ਬ੍ਰਹਮ ਨੂੰ ਉਸ ਅਕਾਲ ਪੁਰਖ ਨੂੰ ਮਿਲਣ ਦਾ ਸਮਾਂ ਗੁਰਬਾਣੀ ਦੇ ਵਿੱਚ ਵੀ ਸਾਨੂੰ ਵੀ ਸਿੱਖਾਂ ਨੂੰ ਵੀ ਸਤਗੁਰਾਂ ਨੇ ਉਪਦੇਸ਼ ਦਿੱਤਾ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪ੍ਰਭੂ ਦਾ ਨਾਮ ਸਿਵਾਣਾ ਹਰ ਧਰਮ ਵਿੱਚ ਤੇ ਕੱਲੀ ਧਰਮ ਦੀ ਗੱਲ ਨਹੀਂ ਜੇ ਲੌਜੀਕ ਵੇਖਿਆ ਜਾਵੇ ਨੈਤਿਕ ਪੱਖ ਤੋਂ ਵੇਖਿਆ ਜਾਵੇ ਤੇ ਬਹੁਤ ਮਹੱਤਵਪੂਰਨ ਹੈ ਉਸ ਵਕਤ ਦਾ ਇਹ ਜੋ ਸਮਾ ਮਰਤ ਵੇਲੇ ਦਾ ਸ਼ਾਂਤੀ ਹੁੰਦੀ ਹੈ ਹਰ ਇੱਕ ਚੀਜ਼ ਇਕਾਗਰ ਹੈ ਹਰ ਇੱਕ ਚੀਜ਼ ਸਥਿਰ ਹੈ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਵੇ ਤੇ ਇਸ ਵਕਤ ਬਹੁਤ ਜ਼ਿਆਦਾ ਆਕਸੀਜਨ ਹੁੰਦੀ ਹੈ ਸਾਡੇ এনवायरमेंट ਦੇ ਵਿੱਚ ਕਨਸੈਂਟ੍ਰੇਸ਼ਨ ਆਕਸੀਜਨ ਦੀ 60% ਵੱਧ ਹੁੰਦੀ ਹੈ ਆਮ ਦਿਨ ਦੇ ਨਾਲੋਂ ਜਾਂ ਸ਼ਾਮ ਦੇ ਨਾਲੋਂ ਜਾਂ ਕਿਸੇ ਵੀ ਵਕਤ ਦੇ ਨਾਲੋਂ ਅਮਰਤ ਵੇਲੇ ਦੇ ਵਿੱਚ ਖੈਰ ਇਹ ਵੱਖਰਾ ਵਿਸ਼ਾ ਸਤਿਗੁਰੂ ਜੀ ਜਾਣਦੇ ਸਨ ਇਸ ਦੀ ਮਹੱਤਵਤਾ ਨੂੰ ਕਿਉਂਕਿ ਉਹ ਤੇ ਸਰਬੱਗਿਆ ਹਨ ਹਰ ਚੀਜ਼ ਦੇ ਗਿਆਤਾ ਸਨ ਉਹ ਸਵੇਰੇ ਉੱਠਦੇ ਨੇ ਧਿਆਨ ਕਾਗਰ ਕਰਦੇ ਨੇ ਬਹੁ ਫੁੱਟਦੀ ਦੇ ਨਾਲ ਆਪਣੇ ਕੰਮ ਤੇ ਜਾਂਦੇ ਹਨ ਕੋਈ ਜਮਾ ਕਰਾਉਣ ਵਾਲਾ ਆਉਂਦਾ ਉਸ ਦੀ ਤੋਲ ਕੇ ਜਿੰਸ ਰੱਖਦੇ ਨੇ ਕੋਈ ਲੈਣ ਵਾਲਾ ਆਉਂਦਾ ਉਸ ਨੂੰ ਤੋਲ ਕੇ ਦਿੰਦੇ ਹਨ ਉਸ ਵਕਤ ਤਿੰਨ ਤਰ੍ਹਾਂ ਦੇ ਨਾਲ ਆਮਦਨ ਹੁੰਦੀ ਸੀ ਮੋਦੀ ਦੀ ਜਾਂ ਤੋਲਣ ਵਾਲੇ ਦੀ ਉਸ ਅਫਸਰ ਦੀ ਜਿਸ ਪੋਸਟ ਦੇ ਉੱਤੇ ਗੁਰੂ ਨਾਨਕ ਦੇਵ ਜੀ ਸਨ ਪਹਿਲੀ ਉਹਨਾਂ ਦੀ ਕਮਾਈ ਸੀ ਜਾਂ ਉਹਨਾਂ ਦਾ ਇਹ ਹੱਕ ਸੀ ਕਿ ਜਿਵੇਂ 1 ਮਨ ਜਾਂ 40 ਕਿਲੋ ਜੋ ਉਸ ਵਕਤ ਦਾ ਨਾਪਣ ਦਾ ਹਿਸਾਬ ਸੀ ਜੋ ਵੀ ਉਸ ਵਕਤ ਮੈਜ਼ਰਮੈਂਟ ਦੇ ਤਰੀਕੇ ਸਨ ਉਸ ਦੇ ਵਿੱਚੋਂ ਵੀ ਕੁਝ ਪਰਸੈਂਟ 0.5 ਅੱਧਾ ਜਾਂ 1% ਉਹਨਾਂ ਨੂੰ ਮਿਲਦਾ ਸੀ ਹਿਸਾਬ ਦੇ ਨਾਲ ਕੋਈ ਕਿਸ ਤਰ੍ਹਾਂ ਦੀ ਕ੍ਰੌਪ ਹੈ ਕੋਈ ਕਿਸ ਤਰ੍ਹਾਂ ਦੀ ਜਿੰਸ ਹੈ ਉਹਨਾਂ ਦੀ ਉਹਦੇ ਵਿੱਚ ਵੀ ਹਿੱਸੇਦਾਰੀ ਹੁੰਦੀ ਸੀ ਦੂਜਾ ਜੋ ਤੋਲਦੇ ਸਨ ਉਹਨਾਂ ਆਪ ਤੋਲਣਾ ਮਿਹਨਤ ਕਰਨੀ ਇਸ ਦੀ ਵੀ ਉਹਨਾਂ ਨੂੰ ਵੱਖਰੀ ਇਨਕਮ ਸੀ ਤੀਜੀ ਉਹਨਾਂ ਦੀ ਜੋ ਤਨਖਾਹ ਸੀ ਜੋ ਉਹਨਾਂ ਦੀ ਸੈਲਰੀ ਮੁਕਰਰ ਸੀ ਨਵਾਬ ਦੇ ਵੱਲੋਂ ਜੋ ਮਿਲਨੀ ਸੀ ਹਰ ਮਹੀਨੇ ਉਹ ਵੀ ਸੀ ਤੇ ਸਤਿਗੁਰੂ ਜੀ ਉੱਥੇ ਕੰਮ ਕਰਦੇ ਨੇ ਜੋ ਨਫਾ ਹੁੰਦਾ ਹੈ ਜੋ ਫਾਇਦਾ ਹੁੰਦਾ ਉਹ ਬਹੁਤਾਂ ਵਗਰੀਬਾਂ ਨੂੰ ਲੋੜਵੰਦਾਂ ਨੂੰ ਦੇ ਛੱਡਦੇ ਨੇ ਜ਼ਰੂਰਤ ਜੋਗ ਆਪਣੇ ਕੋਲ ਰੱਖਦੇ ਨੇ ਐਵੇਂ ਸਰੀਰਕ ਕਿਰਿਆ ਹੁੰਦੀ ਹੈ ਐਵੇਂ ਬਾਹਰੀ ਵੇਖਣ ਨੂੰ ਤੇ ਜਾਂ ਜੋ ਸਰੀਰ ਦਾ ਦੁਨਿਆਵੀ ਪੱਖ ਤੋਂ ਸਤਿਗੁਰੂ ਜੀ ਐਵੇਂ ਕੰਮ ਕਰਦੇ ਪਾਏ ਨੇ ਨੌਕਰੀ ਕਰਦੇ ਨੇ ਤੇ ਜੇ ਵੇਖਿਆ ਜਾਵੇ ਉਹਨਾਂ ਦੀ ਉਸ ਵਕਤ ਦੀ ਜੋ ਸਾਈਕੋਲੋਜੀਕਲ ਕੰਡੀਸ਼ਨ ਹੈ ਉਹਨਾਂ ਦੇ ਮਨ ਦੀ ਜੋ ਸਥਿਤੀ ਹੈ ਸਤਿਗੁਰਾਂ ਨੇ ਵਿਚਾਰਿਆ ਸਤਗੁਰਾਂ ਨੇ ਵੇਖਿਆ ਸਾਰੇ ਸੰਸਾਰ ਵੱਲ ਕਿ ਵਿਖੋ ਨਵਾਬ ਇੱਥੇ ਕਿਵੇਂ ਐਸ਼ੋ ਆਰਾਮ ਦੇ ਨਾਲ ਜ਼ਿੰਦਗੀ ਬਤੀਤ ਕਰ ਰਿਹਾ ਸੋਨੇ ਦੀ ਚਮਕ ਹੈ ਚਾਂਦੀ ਦੀਆਂ ਕਿਰਨਾਂ ਹਨ ਕਿਵੇਂ ਇਹਨਾਂ ਦਾ ਦਿਨ ਚੜ੍ਹਿਆ ਹੋਇਆ ਕਿਵੇਂ ਇਹ ਬਹੁਤ ਜ਼ਿਆਦਾ ਇੱਕ ਐਸ਼ੋ ਆਰਾਮ ਦੀ ਇੱਕ ਵਧੀਆ ਤੇ ਜ਼ਿੰਦਗੀ ਬਤੀਤ ਕਰਦੇ ਪਏ ਨੇ ਪਰ ਇੱਕ ਇਹੋ ਜਿਹੇ ਵੀ ਲੋਕ ਹਨ ਉਸੇ ਹੀ ਸ਼ਹਿਰ ਵਿੱਚ ਜਿਹੜੇ ਗਰੀਬ ਹਨ ਜਿਨ੍ਹਾਂ ਨੂੰ ਦੋ ਵਖਤ ਦੀ ਜੋ ਰੋਟੀ ਹੈ ਉਹ ਵੀ ਨਸੀਬ ਨਹੀਂ ਹੁੰਦੀ ਸਤਗੁਰਾਂ ਨੇ ਵੇਖਿਆ ਉਸ ਵਕਤ ਕਿ ਦੋ ਵਖਤ ਦੀ ਰੋਟੀ ਵੀ ਕਈਆਂ ਨੂੰ ਨਸੀਬ ਨਹੀਂ ਹੋ ਰਹੀ ਤੇ ਕਈਆਂ ਦੇ ਕੋਲ ਇੰਨਾ ਧਨ ਹੈ ਇੰਨੇ ਜਿਆਦੇ ਪਦਾਰਥ ਹਨ ਕਿ ਉਹ ਕੋਈ ਹਿਸਾਬ ਨਹੀਂ ਹੋ ਸਕਦਾ ਇਹ ਕਿਵੇਂ ਦਾ ਸਾਡਾ ਸਮਾਜ ਹੈ ਇਹ ਕਿਵੇਂ ਦਾ ਇੰਪ੍ਰੋਪਰ ਅਨਬੈਲੈਂਸ ਹੈ ਸਮਾਜ ਸਤਿਗੁਰਾਂ ਨੇ ਇਹ ਸਮਾਜ ਵੇਖਿਆ ਕਿ ਇਹ ਸੁਸਾਇਟੀ ਹੈ ਸੁਸਾਇਟੀ ਤੋਂ ਬਾਅਦ ਸਤਿਗੁਰਾਂ ਨੇ ਦੂਜੀ ਅਟੈਂਪਟ ਦੇ ਵਿੱਚ ਵੇਖਿਆ ਧਰਮ ਨੂੰ ਰਿਲੀਜੀਅਨ ਨੂੰ ਰਿਲੀਜੀਅਨ ਦੀ ਕੀ ਉਸ ਵਕਤ ਹਾਲਤ ਸੀ ਦੋ ਮੁੱਖ ਰਿਲੀਜੀਅਨ ਸਨ ਹਿੰਦੂ ਤੇ ਮੁਸਲਮਾਨ ਹਿੰਦੂ ਸਨ ਜਿਹੜੇ ਉਹਨਾਂ ਦੇ ਵਿੱਚ ਯੂਨੀਟੀ ਮੁੱਕ ਚੁੱਕੀ ਸੀ ਵੱਖ-ਵੱਖ ਜੋ ਉਹਨਾਂ ਦੇ ਦੇਵਤਾ ਸਨ ਉਹਨਾਂ ਦੀ ਪੂਜਾ ਕਰਨ ਲੱਗ ਗਏ ਕੋਈ ਵੈਸ਼ਨੂ ਦੇਵੀ ਜੀ ਨੂੰ ਮੰਨਦੇ ਨੇ ਕੋਈ ਵੈਸ਼ਨਵ ਹਨ ਜਿਹੜੇ ਵਿਸ਼ਨੂ ਜੀ ਦੇ ਅਵਤਾਰਾਂ ਨੂੰ ਮੰਨਦੇ ਨੇ ਕੋਈ ਸ਼ੈਵਯ ਹਨ ਜਿਹੜੇ ਸ਼ਿਵ ਜੀ ਦੀ ਪੂਜਾ ਕਰਦੇ ਨੇ ਕੋਈ ਕਿਸੇ ਦੇਵਤੇ ਨੂੰ ਮਹਾਨ ਮੰਨਦਾ ਮੰਨਤਾ ਕਰਦਾ ਕੋਈ ਕ੍ਰਿਸ਼ਨ ਜੀ ਦੀ ਪੂਜਾ ਕਰਦਾ ਕੋਈ ਰਾਮ ਜੀ ਨੂੰ ਭਗਵਾਨ ਮੰਨਦਾ ਐਵੇਂ ਵੱਖ-ਵੱਖ ਇਸ਼ਟਾਂ ਦੇ ਹਿਸਾਬ ਦੇ ਨਾਲ ਉਹਨਾਂ ਨੇ ਆਪਣੀ ਯੂਨਿਟੀ ਨੂੰ ਗਵਾ ਲਿਆ ਇੱਕ ਦੂਜੇ ਦੇ ਨਾਲ ਉਹ ਲੜਦੇ ਨੇ ਜਾਂ ਇੱਕ ਦੂਜੇ ਨੂੰ ਮਾਰਾ ਆਖਦੇ ਨੇ ਇਵੇਂ ਹੀ ਉਹਨਾਂ ਦਾ ਜੀਵਨ ਬਤੀਤ ਹੋਣ ਲੱਗਾ ਤੇ ਦੂਜੀ ਸਮਾਪਾਪਾ ਕੇ ਜੋ ਉਹਨਾਂ ਦੇ ਸ਼ੁਭ ਉਹਨਾਂ ਦੀਆਂ ਰੀਤਾਂ ਸਨ ਸਮੇਂ ਦੇ ਨਾਲ ਨਾਲ ਜੋ ਉਹਨਾਂ ਦੇ ਮਨ ਦੇ ਵਿੱਚ ਜੋ ਸ਼ੁਭ ਪ੍ਰਭਾਵ ਸਨ ਉਹਨਾਂ ਦੇ ਕਰਮਾਂ ਦੇ ਉਹ ਹੌਲੀ ਹੌਲੀ ਪਿੱਛੇ ਰਹਿ ਗਿਆ ਉਹ ਹੌਲੀ ਹੌਲੀ ਦੂਰ ਜਾਣ ਲੱਗੇ ਨੇ ਹੁਣ ਸਿਰਫ ਤੇ ਸਿਰਫ ਉਹਨਾਂ ਦੇ ਕੋਲ ਪਖੰਡ ਹੀ ਰਹਿ ਗਿਆ ਇਨਸੈਂਸ ਸੀ ਜੋ ਉਹਨਾਂ ਦੇ ਕੋਲ ਤੱਤ ਸੀ ਉਹ ਚਲੇ ਗਿਆ ਸਿਰਫ ਫੋਕ ਸਿਰਫ ਕੁਝ ਵੀ ਨਹੀਂ ਰਹਿ ਗਿਆ ਉਹਨਾਂ ਦੇ ਕੋਲ ਪਖੰਡ ਨੂੰ ਲੈ ਕੇ ਬਹਿ ਗਏ ਸਨ ਉਸ ਵਕਤ ਦੀ ਸਥਿਤੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਹ ਅਬਜ਼ਰਵ ਕੀਤਾ ਏ ਉਹਨਾਂ ਨੇ ਵੇਖਿਆ ਕਿ ਉਸ ਵਕਤ ਐਸੀ ਸਥਿਤੀ ਸੀ ਰਿਲੀਜੀਅਨ ਦੀ ਧਰਮ ਦੀ ਸੋਸਾਇਟੀ ਵੱਲ ਉਹਨਾਂ ਨੇ ਪਹਿਲਾਂ ਵੇਖਿਆ ਸੋਸਾਇਟੀ ਵੱਲ ਨਿਗਾਹ ਮਾਰੀ ਕਿ ਕਿਵੇਂ ਇੰਬੈਲੈਂਸ ਹੈ ਸਾਰਾ ਕੁਝ ਕੁਝ ਵੀ ਇਕਸਾਰ ਨਹੀਂ ਕੁਝ ਵੀ ਸਮਾਨ ਨਹੀਂ ਸਭ ਉਥਲ ਪੁਥਲ ਹੈ ਕੋਈ ਤੇ ਬਹੁਤ ਜ਼ਿਆਦਾ ਪਾਵਰ ਨੂੰ ਇੰਜੋਏ ਕਰਦਾ ਪਿਆ ਕੋਈ ਬਹੁਤ ਜ਼ਿਆਦਾ ਗਰੀਬ ਹੈ ਨਿਮਾਣਾ ਹੈ ਉਹਦੇ ਕੋਲ ਖਾਣ ਲਈ ਰੋਟੀ ਨਹੀਂ ਜੋ ਸਮਾਜ ਸੀ ਸੋਸਾਇਟੀ ਸੀ ਇਸ ਤਰ੍ਹਾਂ ਦੀ ਸੀ ਧਰਮ ਇਸ ਤਰ੍ਹਾਂ ਦਾ ਸੀ ਕਿ ਹਿੰਦੂਆਂ ਵਿੱਚ ਫੁੱਟ ਪੈ ਚੁੱਕੀ ਸੀ ਤੇ ਆਪਣੇ ਆਚਰਨ ਤੋਂ ਡਿੱਗ ਚੁੱਕੇ ਸਨ ਤੇ ਜੋ ਮੁਸਲਮਾਨਾਂ ਦਾ ਧਰਮ ਸੀ ਉਸ ਵਕਤ ਕਿਉਂਕਿ ਉਹ ਹੁਕਮਰਾਨ ਸਨ ਉਹ ਸੱਤਾ ਦੇ ਵਿੱਚ ਸਨ ਉਹਨਾਂ ਦੇ ਕੋਲ ਤਾਕਤ ਸੀ ਉਹ ਕੁਝ ਵੀ ਕਰ ਸਕਦੇ ਸਨ ਤੇ ਇਸ ਤਾਕਤ ਦੇ ਨਸ਼ੇ ਦੇ ਵਿੱਚ ਹੋ ਕੇ ਉਹ ਆਪਣੇ ਫਰਜ਼ਾਂ ਨੂੰ ਭੁੱਲ ਗਏ ਆਪਣੇ ਕਰਤੱਵਿਆਂ ਗਵਾ ਬੈਠੇ ਤਾਕਤ ਨੇ ਉਹਨਾਂ ਨੂੰ ਅੰਨਿਆ ਕਰ ਦਿੱਤਾ ਜਦੋਂ ਪੈਸਾ ਆਇਆ ਤਾਕਤ ਆਈ ਜਦੋਂ ਹੁਕਮਰਾਨ ਹੋਏ ਕੁਰਬਾਨੀ ਦੇ ਵਿੱਚ ਲਿਖਿਆ ਕਿ ਮਾਇਆ ਧਾਰੀ ਅਤ ਅੰਨਾ ਬੋਲਾ ਜਦੋਂ ਮਾਇਆ ਆ ਜਾਏ ਜਦੋਂ ਪੈਸੇ ਆ ਜਾਣ ਜਦੋਂ ਤਾਕਤ ਆ ਜਾਏ ਉਦੋਂ ਆਦਮੀ ਅੰਨਾ ਹੋ ਜਾਂਦਾ ਉਹ ਵੇਖਦਾ ਨਹੀਂ ਕਿਸੇ ਦੇ ਵੱਲ ਜਾਂ ਕਿਸੇ ਦੀ ਸੁਣਦਾ ਨਹੀਂ ਉਹ ਬੋਲਾ ਹੋ ਜਾਂਦਾ ਭਾਵ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਆਪਣੇ ਹੀ ਮਨ ਦੀ ਕਰਦਾ ਤੇ ਇਵੇਂ ਮੁ슬ਮਾਨ ਵੀ ਆਪਣੇ ਮਨ ਦੀ ਕਰਨ ਲੱਗੇ ਹਿੰਦੂ ਵੀ ਆਪਣੇ ਆਚਰਨ ਤੋਂ ਡਿੱਗ ਗਏ ਮੁਸਲਮਾਨ ਹ ਹਕਮਰਾਨਾਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਨੇ ਆਪਣਾ ਅਕੀਦਾ ਛੱਡ ਦਿੱਤਾ ਆਪਣੇ ਜੂਨ ਦਾ ਜੋ ਤਰੀਕਾ ਸੀ ਜੀਵਨ ਬਸਰ ਕਰਨ ਦਾ ਉਸ ਨੂੰ ਉਹਨਾਂ ਨੇ ਬਹੁਤ ਨੀਵੀਆਂ ਛੁੱਟ ਦਿੱਤਾ ਤੇ ਇਹ ਧਰਮ ਦੇ ਹਾਲਾਤ ਸਨ ਤੀਜਾ ਉਹਨਾਂ ਨੇ ਵੇਖਿਆ ਉਸ ਵਕਤ ਦੇ ਐਡਮਿਨਿਸਟ੍ਰੇਸ਼ਨ ਦੇ ਵੱਲ ਰਾਜਨੀਤੀ ਦੇ ਵੱਲ ਰਾਜਨੀਤੀ ਦੀ ਵੀ ਕੁਝ ਐਸੀ ਹਾਲਤ ਸੀ ਰਾਜਨੀਤੀ ਦਾ ਵੀ ਕੁਝ ਐਸਾ ਹਸ਼ਰ ਸੀ ਉਸ ਵਕਤ ਕਿ ਸਾਡੇ ਲੋਕ ਜਿਹੜੇ ਆਪਣੇ ਸਾਨੂੰ ਗੁਲਾਮ ਸਨ ਆਪਣੇ ਹੀ ਦੇਸ਼ ਵਿੱਚ ਰਹਿਣ ਦੇ ਲਈ ਉਹਨਾਂ ਨੂੰ ਕਰ ਦੇਣਾ ਪੈ ਰਿਹਾ ਸੀ ਦੂਜੇ ਦੇਸ਼ ਦੇ ਵਸੀਆਂ ਨੂੰ ਜੋ ਉਹਨਾਂ ਤੇ ਕਬਜ਼ਾ ਕਰਦੇ ਪਏ ਨੇ ਕਰੋਨਾ ਦੀ ਗਿਣਤੀ ਦੇ ਵਿੱਚ ਹੋਣ ਦੇ ਕਾਰਨ ਵੀ ਉਹ ਕੁਝ ਮੁਠੀ ਪਰ ਲੋਕਾਂ ਦੇ ਅਧੀਨ ਸਨ ਤੇ ਉਹ ਇੰਨੇ ਜਿਆਦੇ ਅਧੀਨ ਤੇ ਇੰਨੀ ਜਿਆਦੇ ਗਫਲਤ ਦੀ ਨੀਂਦ ਵਿੱਚ ਸੁੱਤੇ ਸਨ ਕਿ ਉਹਨਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ ਗਿਆਨ ਹੀ ਨਹੀਂ ਕਿ ਸਾਡੇ ਉੱਤੇ ਕਿਸੇ ਗੈਰ ਦੇਸ਼ ਦੇ ਵਾਸੀ ਸਾਡੇ ਹੀ ਹੱਕਾਂ ਨੂੰ ਖੁੰਦੇ ਨੇ ਜ਼ੁਲਮ ਕਰਦੇ ਨੇ ਤੇ ਅਸੀਂ ਸਹਿ ਰਹੇ ਹਾਂ ਐਸੀ ਉਸ ਵਕਤ ਦੀ ਰਾਜਨੀਤੀ ਸੀ ਚਲਦੀ ਪਈ ਜੋ ਮਨ ਵਿੱਚ ਆਉਂਦਾ ਸੀ ਉਹ ਕਰਦੇ ਸਨ ਲੋਕਾਂ ਦਾ ਕਿਆ ਹੋਇਆ ਮੂੰਹ ਚੋਂ ਨਿਕਲਿਆ ਹੋਇਆ ਹਰ ਬੋਲ ਕਾਨੂੰਨ ਸੀ ਜੋ ਕਹਿੰਦੇ ਸਨ ਜੋ ਉਹਨਾਂ ਨੇ ਆਖ ਦਿੱਤਾ ਉਹੀ ਬਸ ਬਣ ਗਿਆ ਕਾਨੂੰਨ ਕੋਈ ਲਾਅ ਨਹੀਂ ਕੋਈ ਉਸ ਵਕਤ ਸੱਚਾਈ ਨਹੀਂ ਕੋਈ ਨਿਆ ਨਹੀਂ ਪੈਸੇ ਲੈ ਕੇ ਕੇਸ ਲੜੇ ਜਾਂਦੇ ਸਨ ਜੋ ਉਸ ਵਕਤ ਦਰਬਾਰ ਦੇ ਵਿੱਚ ਸਲਾਹਕਾਰ ਵਜ਼ੀਰ ਜਾਂ ਮੰਤਰੀ ਹੁੰਦੇ ਸਨ ਤੇ ਰਾਜੇ ਵੀ ਸਨ ਜਿਹੜੇ ਉਹ ਆਪਣੇ ਹਿਤੂਆਂ ਦੀ ਮੁਸਲਮਾਨਾਂ ਦੀ ਹਮਾਇਤ ਕਰਦੇ ਉਸ ਵਕਤ ਨਿਆ ਨਹੀਂ ਸੀ ਰਾਜਨੀਤੀ ਨਹੀਂ ਸੀ ਐਸਾ ਸੀ ਐਡਮਿਨਿਸਟ੍ਰੇਸ਼ਨ ਦੇਸ਼ ਦਾ ਸੋਸਾਇਟੀ ਇਹੋ ਜਿਹੀ ਸੀ ਧਰਮ ਇਹੋ ਜਿਹਾ ਸੀ ਰਿਲੀਜੀਅਨ ਗੁਰੂ ਨਾਨਕ ਦੇਵ ਜੀ ਨੇ ਇਹ ਵੇਖਿਆ ਸਾਰਾ ਸੁਲਤਾਨਪੁਰ ਉਸ ਵਕਤ ਰਹਿ ਕੇ ਕਿਉਂਕਿ ਉਹਨਾਂ ਦੇ ਸਾਹਮਣੇ ਹੀ ਇਹ ਸਾਰਾ ਕੁਝ ਹੋਇਆ ਉੱਥੇ ਉਸ ਦਰਬਾਰ ਦੇ ਵਿੱਚ ਸਨ ਜਾਂਦੇ ਸਨ ਫੈਸਲੇ ਵੀ ਵੇਖਦੇ ਸਨ ਗਰੀਬ ਲੋਕਾਂ ਨੂੰ ਉਹਨਾਂ ਕੋਲ ਕੁਝ ਪੈਸੇ ਲੈ ਕੇ ਕੁਝ ਥੋੜੇ ਬਹੁਤੇ ਤੇ ਉਹਨਾਂ ਦਾ ਆਟਾ ਲੈ ਕੇ ਜਾਂਦਿਆਂ ਨੂੰ ਵੇਖਦੇ ਸਨ ਪੈਸਿਆਂ ਦਾ ਤੇ ਕਈਆਂ ਨੂੰ ਵੇਖਦੇ ਸਨ ਕਿ ਕਿੰਨੇ ਜ਼ਾਦੇ ਉਹ ਅਮੀਰ ਹਨ ਸਤਗੁਰਾਂ ਨੇ ਨੈਣਾਂ ਦੇ ਨਾਲੇ ਵੇਖਿਆ ਉਸ ਵਕਤ ਤੇ ਨਾਲੇ ਤੇ ਉਹਨਾਂ ਮੋਦੀਖਾਨੇ ਨੌਕਰੀ ਕੀਤੀ ਤੇ ਨਾਲੇ ਅਬਜ਼ਰਵ ਕੀਤਾ ਇਸ ਤਰੀਕੇ ਨਾਲ ਸਾਰੇ ਸਮਾਜ ਨੂੰ ਸਾਰ ਇੱਕ ਚੀਜ਼ ਨੂੰ ਤੇ ਉਹਨਾਂ ਨੇ ਫਿਰ ਇੱਕ ਸਿੱਟਾ ਕੱਢਿਆ ਗੁਰੂ ਨਾਨਕ ਦੇਵ ਜੀ ਨੇ ਵੀ ਇੱਥੇ ਕੋਈ ਵੀ ਚੀਜ਼ ਪੂਰੀ ਨਹੀਂ ਕੋਈ ਵੀ ਚੀਜ਼ ਠੀਕ ਨਹੀਂ ਕੋਈ ਵੀ ਚੀਜ਼ ਆਪਣੀ ਜਗ੍ਹਾ ਤੇ ਜਿੱਥੇ ਹੋਣੀ ਚਾਹੀਦੀ ਹੈ ਜਿਹੋ ਜਿਹਾ ਆਈਡੀਅਲ ਸੋਸਾਇਟੀ ਜਿਹੋ ਜੀ ਹੋਵੇ ਉਹ ਉਹ ਜੀ ਨਹੀਂ ਜਿਹੋ ਜਿਹਾ ਸਮਾਜ ਹੋਣਾ ਚਾਹੀਦਾ ਸੀ ਉਹ ਨਹੀਂ ਹੈ ਜਿਹੋ ਜਿਹਾ ਧਰਮ ਨੂੰ ਹੋਣਾ ਚਾਹੀਦਾ ਸੀ ਜੋ ਉਸ ਦੀ ਅਸਲੀ ਜੋ ਉਸ ਦੀ ਰੀਅਲ ਪੋਜੀਸ਼ਨ ਸੀ ਉਸ ਤੋਂ ਬਹੁਤ ਥੱਲੇ ਡਿੱਗ ਚੁੱਕਾ ਉਹਨਾਂ ਨੇ ਵੇਖਿਆ ਵੀ ਜਿਹੋ ਜਿਹਾ ਹੋਣਾ ਚਾਹੀਦਾ ਸੀ ਰਾਜਨੀਤੀ ਨੂੰ ਜਾਂ ਜਿਹੋ ਜਿਹਾ ਹੋਣਾ ਚਾਹੀਦਾ ਸੀ ਉਸ ਵਕਤ ਦੇ ਐਡਮਿਨਿਸਟ੍ਰੇਸ਼ਨ ਨੂੰ ਉਹ ਜਿਹਾ ਨਹੀਂ ਹੈ ਸਤਿਗੁਰਾਂ ਨੇ ਕਿਹਾ ਵੀ ਕੋਈ ਵੀ ਚੀਜ਼ ਨਹੀਂ ਪੂਰੀ ਕੋਈ ਵੀ ਚੀਜ਼ ਨਹੀਂ ਠੀਕ ਜੇ ਕੋਈ ਪੂਰਾ ਹੈ ਜੇ ਕੋਈ ਪਰਿਪੂਰਨ ਹੈ ਉਹ ਹੈ ਪਰਮਾਤਮਾ ਉਹ ਹੈ ਉਹ ਅਕਾਲ ਪੁਰਖ ਉਸ ਤੋਂ ਬਿਨਾ ਹਰ ਇੱਕ ਚੀਜ਼ ਅਧੂਰੀ ਹੈ ਉਸ ਤੋਂ ਬਿਨਾ ਹਰ ਇੱਕ ਚੀਜ਼ ਬਿਲਕੁਲ ਆਪਣੀ ਜਗਾ ਤੇ ਜਾਂ ਜਿੰਨੂੰ ਕਹਿ ਸਕਦੇ ਆ ਪ੍ਰੋਪਰ ਨਹੀਂ ਤੇ ਸਤਿਗੁਰੂ ਜੀ ਨੇ ਫਿਰ ਕਿਹਾ ਵੀ ਜੋ ਫੇਰੋ ਪੂਰਾ ਹੈ ਜੋ ਪ੍ਰੋਪਰ ਹੈ ਜੋ ਹਰ ਪ੍ਰਕਾਰ ਦੇ ਨਾਲ ਪਰਿਪੂਰਨ ਹੈ ਉਸ ਦੀ ਖੋਜ ਕੀਤੀ ਜਾਵੇ ਉਸ ਤੱਕ ਪਹੁੰਚਿਆ ਜਾਵੇ ਉਸ ਤੱਕ ਰੀਚ ਕੀਤਾ ਜਾਵੇ ਫਿਰ ਸਤਗੁਰਾਂ ਨੇ ਸਮਾਧੀ ਲਗਾਉਣੀ ਸ਼ੁਰੂ ਕੀਤੀ ਧਿਆਨ ਲਗਾਉਣਾ ਇਕਾਗਰ ਕਰਨਾ ਇਹ ਮਾਨਸਿਕ ਸਥਿਤੀ ਹੈ ਸਾਈਕੋਲੋਜੀਕਲ ਕੰਡੀਸ਼ਨ ਹੈ ਗੁਰੂ ਨਾਨਕ ਦੇਵ ਜੀ ਦੀ ਉਸ ਵਕਤ ਜਿਸ ਵਕਤ ਉਹ ਨੌਕਰੀ ਕਰਦੇ ਨੇ ਭਾਰੀ ਤੌਰ ਤੇ ਸਮਾਜਿਕ ਤੌਰ ਤੇ ਤੇ ਮੋਦੀ ਖਾਨੇ ਦੇ ਵਿੱਚ ਨੇ ਤੇ ਬਾਦ ਵਿੱਚ ਫਿਰ ਐਸੀ ਉਹਨਾਂ ਦੇ ਮਨ ਉਹਨਾਂ ਦਾ ਵਿਚਾਰ ਉਹਨਾਂ ਦੇ ਇੰਨੀ ਜਿਆਦੀ ਉਸ ਲੈਵਲ ਤੇ ਪਹੁੰਚ ਗਏ ਇੰਨੀ ਜਿਆਦੀ ਉਹਨਾਂ ਦੇ ਅੰਦਰ ਇੱਕ ਜਗਿਆਸਾ ਆ ਗਈ ਜਾਣਨ ਦੀ ਕਿ ਹੌਲੀ ਹੌਲੀ ਫਿਰ ਸਫਰ ਤੈਅ ਕਰਦੇ ਕਰਦੇ ਉਹਨਾਂ ਦੀ ਬਿਰਤੀ ਉਹਨਾਂ ਦੀ ਸੋਚ ਉਹਨਾਂ ਦੀ ਆਤਮਾ ਝੋਲ ਉਸ ਪਰਮਾਤਮਾ ਦੇ ਵਿੱਚ ਮਿਲ ਗਈ ਕੋਈ ਭੇਦ ਨਹੀਂ ਰਹਿ ਗਿਆ ਨਾਨਕ ਦਾ ਤੇ ਰਬ ਦਾ ਜਦੋਂ ਇੱਕ ਮਿਕ ਹੋ ਗਈ ਉਹਨਾਂ ਦੀ ਰੂਹ ਜਦੋਂ ਬਿਰਤੀ ਇਕਾਗਰ ਹੋ ਗਈ ਜਦੋਂ ਸੱਚਮੁੱਚ ਪਰਮਾਤਮਾ ਦਾ ਸਰੂਪ ਜਾਂ ਪਰਮਾਤਮਾ ਹੀ ਉਹਨਾਂ ਦੇ ਅੰਦਰ ਵਸ ਗਿਆ ਉਸ ਵਕਤ ਫਿਰ ਉਹਨਾਂ ਨੂੰ ਸਮਾਜ ਜਾਂ ਉਹ ਸੰਸਾਰ ਉਹ ਸਭ ਕੁਝ ਫਿੱਕਾ ਲੱਗਣ ਲੱਗ ਗਿਆ ਸਭ ਕੁਝ ਅਧੂਰਾ ਤੇ ਅੱਗੇ ਹੀ ਲੱਗਦਾ ਸੀ ਹੁਣ ਉਹਦੇ ਵਿੱਚ ਕੋਈ ਧਿਆਨ ਵੀ ਨਾ ਰਹਿ ਗਿਆ ਨਾ ਪਰਵਾਹ ਰਹਿ ਗਈ ਇਵੇਂ ਹੀ ਇੱਕ ਦਿਨ ਬਿਰਤੀ ਲੱਗ ਗਈ ਹੱਥ ਵਿੱਚ ਤਕਰੀ ਫੜੀ ਸੀ ਤੇ ਕੋਈ ਲੈਣ ਆਇਆ ਤੇ ਆਖਿਆ ਬਈ ਨਾਨਕ ਆ ਮੈਨੂੰ ਆਟਾ ਦੇ ਦੇ ਜਾਂ ਕਣਕ ਦੇ ਦੇ ਕੁਝ ਕੁਝ ਉਹਨੇ ਪੈਸੇ ਫੜਾਏ ਸਤਿਗੁਰਾਂ ਉੱਥੇ ਪੈਸੇ ਰੱਖ ਦਿੱਤੇ 2-3 ਰੁਪਏ ਸਨ ਜਾਂ ਘਟ ਹੋਣਗੇ ਕੁਝ ਛੇਰ ਉਸ ਦਾ اناਜ ਆਉਣਾ ਸੀ 4 5 6 ਛੇਰ ਸਤਿਗੁਰਾਂ ਨੇ ਤਕਰੀ ਫੜੀ ਤੇ ਤੋਲਣ ਲੱਗੇ ਤੋਲਦੇ ਨੇ ਤੋਲਦੇ ਨੇ ਗਿਣਤੀ ਕਰਦੇ ਹਨ ਤੇ ਜਦੋਂ ਗਿਣਤੀ ਕਰਦੇ ਕਰਦੇ 1 2 3 10 11 12 13 ਤੇ ਪਹੁੰਚੇ ਨਾ ਐਸਾ ਮਨ ਇਕਾਗਰ ਹੋਇਆ ਕਿਉਂਕਿ ਹਰ ਵਕਤ ਧਿਆਨ ਹੀ ਉਸ ਵੱਲ ਰਹਿੰਦਾ ਸੀ ਹਰ ਵਕਤ ਧਿਆਨ ਹੀ ਪਰਮੇਸ਼ਰ ਵੱਲ ਸੀ ਸੋਚ ਹੀ ਉਧਰ ਉਸ ਦੇ ਧਿਆਨ ਦੇ ਵਿੱਚ ਮਗਨ ਸੀ ਇਸ ਕਰਕੇ ਐਸਾ ਮਨ ਉਧਰ ਇਕਾਗਰ ਹੋਇਆ ਕਿ ਜਦੋਂ ਗਿਣਤੀ ਕਰਦਿਆਂ ਕਰਦਿਆਂ ਹੋਈ ਗਿਣਤੀ ਜੋ 12 ਕੀ ਹੋਈ ਗਿਣਤੀ ਜੋ 12 ਕੀ ਤੋਂ ਪਿੱਛੇ ਆ ਗਏ 13 12 ਗਿਣਨ ਤੋਂ ਬਾਅਦ ਜਦੋਂ ਅੱਗੇ 13 ਆਏ ਕਿਉਂਕਿ ਜੋ 13 ਵਰਡ ਹੈ ਉਹ ਰਿਜ਼ੈਂਬਲ ਕਰਦਾ 13 ਦੇ ਨਾਲ ਭਾਵ ਕਿ ਮੇਰਾ ਨਹੀਂ ਤੇਰਾ ਯੂਅਰਸ ਮੇਰਾ ਕੁਝ ਵੀ ਨਹੀਂ ਐ ਹੋਈ ਗਿਣਤੀ ਜੋ 12 ਕੀ ਤੋਂ ਪਿੱਛੇ ਆ ਗਏ 13 حقیقت دان سਤगुर ਕੋ ਯਕੀਨ ਨਾਲ ਭਾਗ ਆਏ ਤੇਰਾ حقیقت دان ਸੱਚੇ ਸਤਗੁਰੂ ਨੂੰ ਜੋ ਸੱਚ ਦੇ rehber ਸਨ ਐਸੇ ਗੁਰੂ ਨਾਨਕ ਦੇਵ ਜੀ ਨੂੰ ਉਹ ਜੋ ਤੇਰਾ ਸ਼ਬਦ ਸੀਨਾ ਤੇਰਾ ਮਨ ਨੂੰ ਇਨਾ ਚੰਗਾ ਲੱਗਾ ਇਨਾ ਉਹਨਾਂ ਦੇ ਮਨ ਨੂੰ ਉਸਨੇ متاثر ਕੀਤਾ ਪ੍ਰਭਾਵਿਤ ਕੀਤਾ ਕਿ ਤੇਰਾ ਹੀ reh گیا ਸਤਿਗੁਰਾਂ ਨੇ ਕਿਹਾ ਤੇਰਾ ਵਾ ਕੈਸਾ ਸ਼ਬਦ ਹੈ ਸਭ ਕੁਝ ਤੇਰਾ ਹੈ ਮੈਂ ਕੁਝ ਨਹੀਂ ਕਰਨ ਜੋਗਾ ਮੈਂ ਕਿਸੇ ਵੀ ਕੰਮ ਦੇ ਲਾਇਕ ਨਹੀਂ ਜਾਂ ਮੇਰੇ ਵਿੱਚ ਇਨੀ ਸਮਰੱਥਾ ਨਹੀਂ ਕਿ ਮੈਂ ਕੁਝ ਕਰ ਸਕਾਂ ਸੱਚਮੁੱਚ ਜੋ ਵੀ ਹੋਇਆ ਜਾਂ ਜੋ ਵੀ ਕੁਝ ਹੋ ਰਿਹਾ ਸਭ ਕੁਝ ਤੇਰਾ ਕੀਤਾ ਹੋਇਆ ਸਭ ਕੁਝ ਤੇਰਾ ਹੈ ਦਾਤਿਆ ਮੈਂ ਵੀ ਕੁਝ ਨਹੀਂ ਮੇਰਾ ਸਰੀਰ ਵੀ ਕੁਝ ਨਹੀਂ ਮੇਰੇ ਅੰਦਰ ਜੋ ਸਤਾ ਜੋ ਸਾਖ ਤਾਕਤ ਜੋ ਤਤ ਹੈ ਉਹ ਵੀ ਤੇਰਾ ਹੈ ਸਤਿਗੁਰਾਂ ਨੇ ਆਖਿਆ ਸਭ ਕੁਝ ਤੇਰਾ ਤੇ ਐਸਾ ਸਤਿਗੁਰਾਂ ਨੂੰ ਇਹ ਸ਼ਬਦ ਚੰਗਾ ਲੱਗਾ ਕਿ ਗਈ ਗਿਣਤੀ ਇਕਾਈ ਕੀ ਦੋਈ ਉਠਵਾ ਗਏ ਤੇਰਾ ਇੱਕ ਦੋ ਇਹ ਸਮਾਜ ਸਾਰਾ ਕੁਝ ਪਿੱਛੇ ਰਹਿ ਗਿਆ ਚਲੇ ਗਿਆ ਸਭ ਕੁਝ ਉਠਾ ਦਿੱਤਾ ਦੂਰ ਕਰ ਦਿੱਤਾ ਇੱਕ ਤੇਰਾ ਇੱਕ ਪਰਮਾਤਮਾ ਇੱਕੋ ਤੇਰਾ ਅੱਖਰ ਹੀ ਸਤਗੁਰਾਂ ਨੂੰ ਯਾਦ ਰਹਿ ਗਿਆ ਜਿਗਰ ਮੈਂ ਜਾਨ ਦਿਲ ਮੈਂ ਮੁਹੱਬਤ ਪਾ ਗਏ ਤੇਰਾ ਐਸਾ ਸਤਗੁਰਾਂ ਦੇ ਮਨ ਵਿੱਚ ਪ੍ਰੇਮ ਆਇਆ ਪਰਮਾਤਮਾ ਦੇ ਲਈ ਐਸਾ ਸਤਗੁਰਾਂ ਦੇ ਮਨ ਦੇ ਵਿੱਚ ਉਹ ਜੋ ਪਿਆਰ ਸੀ ਜੋ ਮੁਹੱਬਤ ਸੀ ਆਪਣੇ ਮਹਬੂਬ ਦੇ ਲਈ ਉਸ ਅਕਾਲ ਪੁਰਖ ਦੇ ਲਈ ਉਤਪਨ ਕਰ ਗਏ ਕਿ ਦਸੀ ਨਹੀਂ ਜਾ ਸਕਦੀ ਜ਼ੁਬਾਨੇ پاک ਪੈਹੀ ਅਟਕੀ ਸਦਾ ਤੇਰਾ ਸਤਿਗੁਰਾਂ ਦੀ ਰਸਨਾਏ ਮੁਬਾਰਕ ਦੇ ਉੱਤੇ پاک ਜ਼ੁਬਾਨ ਦੇ ਉੱਤੇ ਇਹੀ ਸ਼ਬਦ اٹਕ ਗਿਆ ਤੇਰਾ ਦੇਣਾ ਸ਼ਾਇਦ ਘਟ ਸੀ ਜਾਂ ਵੱਧ ਸੀ ਕਾਰਤੇ ਹੀ ਦੇਣਾ ਸੀ ਸਤਿਗੁਰਾਂ ਨੇ 13 ਸੇਰ ਉਹਨੂੰ ਅਨਾਜ પાਕੇ ਦੇ ਦਿੱਤਾ ਅਗਲਾ ਜੋ ਆਇਆ ਉਹਨੇ ਆਖਿਆ ਵੀ ਪਾਈ ਨਾਨਕ ਕਨਾਜ ਦੇ ਸਤਿਗੁਰਾਂ ਨੇ ਪੈਸੇ ਵੀ ਨਹੀਂ ਵੇਖੇ ਕਿਉਂਕਿ ਧਿਆਨ ਹੀ ਨਹੀਂ ਰਹਿ ਗਿਆ ਬਿਰਤੀ ਹੀ ਕਿਤੇ ਹੋਰ ਚਲੇ ਗਈ ਕਿਸੇ ਹੋਰ ਹੀ ਖੰਡ ਵਿੱਚ ਕਿਸੇ ਹੋਰ ਹੀ ਲੋਕ ਵਿੱਚ ਸਤਿਗੁਰਾਂ ਨੇ 13 ਸੇਰ ਤੋਲ ਕੇ ਦਾਣੇ ਦੇ ਦਿੱਤੇ ਜਿਹੜਾ ਵੀ ਆਇਆ ਸਤਿਗੁਰਾਂ 13 ਦੇ ਦਿੱਤੇ 13 13 ਕਰਦੇ ਹਨ ਉਹ ਵਰਟੇ ਸਨ ਜਿਹੜੇ ਸਤਿਗੁਰਾਂ ਇੱਕ ਛਾਬੇ ਚ 13 ਪਾ ਕੇ ਰੱਖ ਲੈ ਜਿਹੜਾ ਆਵੇ ਤਈ ਜਾਣ ਉਹਨਾਂ ਨੇ ਪੈਸੇ ਲਏ ਨਾ ਕੁਝ ਲਿਆ ਕੁਝ ਵੀ ਨਹੀਂ ਲਿਆ ਤੇ ਸਤਿਗੁਰੂ ਜੀ ਤੋਲਦੇ ਨੇ ਤੇ ਦਈ ਜਾਂਦੇ ਨੇ ਬੜੇ ਲੋਕ ਜੋ ਗਰੀਬ ਸਨ ਭੁੱਖੇ ਸਨ ਅਸਮਰਥ ਸਨ ਉਸ ਵਕਤ ਜਾਂ ਅਸਹਾਇਕ ਸਨ ਜਿਨ੍ਹਾਂ ਦੀ ਸਹਾਇਤਾ ਨਹੀਂ ਸੀ ਕੋਈ ਕਰਦਾ ਸਤਿਗੁਰਾਂ ਉਹ ਆ ਗਏ ਲੈਣ ਦੇ ਲਈ ਸਤਿਗੁਰਾਂ ਨੇ ਵਿਖਿਆ ਹੀ ਨਹੀਂ ਵੀ ਕੌਣ ਹੈ ਅੱਗੇ ਕਿਹੜਾ ਮੰਗ ਰਿਹਾ ਸਤਿਗੁਰੂ ਜੀ ਦਈ ਗਏ ਕਿਉਂਕਿ ਐਸਾ ਦਾਨ ਜਾਂ ਐਸਾ ਦੇਣ ਵਾਲਾ ਸਿਰਫ ਸਤਿਗੁਰੂ ਹੀ ਹੁੰਦਾ ਜਿਹੜਾ ਬਿਨਾਂ ਵੇਖੇ ਦੇ ਦਿੰਦਾ ਸਮਾਜ ਵਿੱਚ ਸੰਸਾਰ ਵਿੱਚ ਹਰ ਇੱਕ ਚੀਜ਼ ਹਰ ਇੱਕ ਵਸਤੂ ਹਰ ਇੱਕ ਵਿਅਕਤੀ ਮੰਗਤਾ ਹੈ ਮੰਗਦਾ ਹੈ ਹਰ ਇੱਕ ਜੀਵ ਨੂੰ ਲੋੜ ਹੈ ਕਿਸੇ ਨਾ ਕਿਸੇ ਚੀਜ਼ ਦੀ ਜੇ ਕੋਈ দান ਕਰਦਾ ਪਿਆ ਉਹ ਵੀ ਪਰਮਾਤਮਾ ਦੇ ਕੋਲੋਂ ਅੱਗੇ ਮੰਗਦਾ ਪਿਆ ਉਹ ਵੀ ਕਿਤੋਂ ਲੈਂਦਾ ਤੇ ਫਿਰ ਦਿੰਦਾ ਪਿਆ ਉਹ ਵੀ ਦਾਤਾ ਨਹੀਂ ਇੱਕੋ ਇੱਕ ਦੇਣ ਵਾਲਾ ਦਾਤਾ ਇੱਕੋ ਇੱਕ ਜੋ দান ਕਰਦਾ ਜਾਂ ਦੇ ਰਿਹਾ ਸਾਨੂੰ ਉਹ ਪਰਮਾਤਮਾ ਹੈ ਉਹੀ ਪਰਮਾਤਮਾ ਜੋ ਸਤਿਗੁਰੂ ਦਾ ਸਰੂਪ ਹੈ ਸਤਿਗੁਰੂ ਦਾ ਇੱਕ ਉਹ ਰੂਪ ਹੈ ਤੇ ਸਤਿਗੁਰੂ ਹੀ ਇੱਕ ਐਸਾ ਦਾਤਾ ਜੋ ਦਿੰਦਾ ਗੁਰਬਾਣੀ ਵਿੱਚ ਲਿਖਿਆ ਦਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਸਾਰਿਆਂ ਨੂੰ ਦੇਣ ਵਾਲਾ ਇੱਕੋ ਦਾਤਾ ਇੱਕੋ ਪਰਮੇਸ਼ਰ ਹੈ ਉਹ ਐਸਾ ਦਾਤਾ ਹੈ ਕਿ ਜਿਸ ਨੂੰ ਤੋਟ ਨਹੀਂ ਆਉਂਦੀ ਦੇਣ ਲੱਗਿਆਂ ਮੁੱਕਦਾ ਨਹੀਂ ਕਦੀ ਜਦੋਂ ਐਵੇਂ ਸਤਿਗੁਰਾਂ ਨੂੰ ਦਿੰਦਿਆਂ ਵੇਖਿਆ ਨਾ ਜਦੋਂ ਐਵੇਂ ਵੇਖਿਆ ਵੀ ਜੋ ਜਿਹੜਾ ਵੀ ਆਇਆ ਸਤਗੁਰਾਂ 13 13 ਆਖਦੇ ਨੇ ਨੈਣਾ ਵਿੱਚ ਇੱਕ ਮਸਤੀ ਹੈ ਕਿਉਂਕਿ ਹਿਰਦੇ ਵਿੱਚ ਪ੍ਰੇਮ ਆ ਗਿਆ ਹਿਰਦੇ ਵਿੱਚ ਪਿਆਰ ਆ ਗਿਆ ਹਿਰਦਾ ਮੁਹੱਬਤ ਦੇ ਨਾਲ ਲਬਰੀਜ਼ ਹੈ ਮਨ ਜੋ ਹੈ ਉਹ ਪਿਆਰ ਦੇ ਨਾਲ ਲਬਾ ਲਬ ਹੈ ਐਸੀ ਹਾਲਤ ਦੇ ਵਿੱਚ ਨਿਤਨਾ ਵਿੱਚ ਮਸਤੀ ਹੈ ਹੱਥ ਵਿੱਚ ਤੱਕੜੀ ਹੈ ਜ਼ੁਬਾਨ ਤੇ ਤੇਰਾ ਤੇਰਾ ਹੈ ਜਿਹੜਾ ਵੀ ਆਉਂਦਾ ਚੋਲੀਆਂ ਪਰਾਪਰ ਆ ਕੇ ਜਾਈ ਜਾਂਦਾ ਜੋ ਲੋਕ ਹਰ ਪ੍ਰਕਾਰ ਦੇ ਹੁੰਦੇ ਨੇ ਹਰ ਪ੍ਰਕਾਰ ਦੇ ਵਿਅਕਤੀ ਹਨ ਇਸ ਸੰਸਾਰ ਦੇ ਉੱਤੇ ਕੁਝ ਚੰਗੇ ਹਨ ਕੁਝ ਮਾੜੇ ਹਨ ਕੁਝ ਹਮਾਇਤੀ ਹਨ ਕੁਝ ਆਹਿਤੂ ਹਨ ਕੁਝ ਸਾਡੇ ਹਿੱਤ ਵਿੱਚ ਨੇ ਕੁਝ ਸਾਡੇ ਵਿਰੋਧ ਵਿੱਚ ਨੇ ਕੁਝ ਚੰਗੇ ਨੇ ਕੁਝ ਮਾੜੇ ਨੇ ਇਹੋ ਜਿਹੀ ਕੁਝ ਲੋਕ ਉੱਥੇ ਵੀ ਸਨ ਜਦੋਂ ਉਹਨਾਂ ਨੇ ਵੇਖਿਆ ਗੁਰੂ ਨਾਨਕ ਦੇਵ ਜੀ ਨੂੰ ਐਵੇਂ ਦਿੰਦਿਆਂ ਐਵੇਂ ਵੰਡਦਿਆਂ ਉਸ ਵਕਤ ਫਿਰ ਉਹਨਾਂ ਨੇ ਸ਼ਿਕਾਇਤ ਕਰ ਦਿੱਤੀ ਨਵਾਬ ਨੂੰ ਕਿ ਨਵਾਬ ਸਾਹਿਬ ਤੁਸੀਂ ਅੱਗੇ ਵੀ ਤੁਹਾਨੂੰ ਅਸੀਂ ਕਈ ਵਾਰ ਕਿਹਾ ਕਿ ਜੋਏ ਜਾ ਰਾਮ ਦਾ ਰਿਸ਼ਤੇਦਾਰ ਆਏ ਮਸਤ دیਵਾਨਾ ਫਕੀਰ ਜਿਹਾ ਉਸ ਨੇ ਵੇਖੋ ਕੀ ਕੰਮ ਕੀਤਾ ਉਸ ਨੂੰ ਸੂਝ-ਬੂਝ ਕੋਈ ਨਹੀਂ ਹੋ ਤੇ ਮਸਤ ਰੈਂਦਾ ਉਹਨੇ ਸਾਰਾ ਤੁਹਾਡਾ ਮੋਦੀ ਖਾਨਾ ਲੁਟਾ ਦਿੱਤਾ ਕੁਝ ਵੀ ਨਹੀਂ ਛੱਡਿਆ ਸਾਰਾ ਕੁਝ ਹੀ ਵੰਡ ਦਿੱਤਾ ਇੱਕ ਦੋ ਵਾਰ ਤਿੰਨ ਵਾਰ ਜਦੋਂ ਉਹਨਾਂ ਕਿਹਾ ਇੱਕ ਦੋ ਦਿਨ ਬੀਤ ਗਏ ਤੇ ਉਹਨਾਂ ਆਖਿਆ ਵੀ ਹਿਸਾਬ ਕੀਤਾ ਜਾਵੇ ਤੇ ਜਦੋਂ ਫਿਰ ਹਿਸਾਬ ਕੀਤਾ ਤੇ 100 ਤੇ ਕੁਝ ਉੱਤੇ ਸ਼ਾਇਦ 20 ਰੁਪਏ ਪਹਿਲੀ ਵਾਰ ਜਦੋਂ ਹਿਸਾਬ ਕੀਤਾ ਤੇ ਵੱਧ ਨਿਕਲੇ ਗੁਰੂ ਨਾਨਕ ਦੇਵ ਜੀ ਦੇ ਦੇਣੇ ਸਨ ਨਵਾਬ ਨੇ ਜੋ ਸਾਰਾ ਅਨਾਜ ਸੀ ਉਹ ਪੂਰਾ ਨਫਾ ਸੀ ਉਹ ਵੱਖਰਾ ਨਵਾਬ ਦਾ ਸਤਕਰਾਂ ਦੀ ਜੋ ਆਮਦਨ ਸੀ ਉਹ ਵੱਖਰੀ ਅਜੇ 120 ਰੁਪਏ ਨਿਕਲੇ ਤੇ ਨਵਾਬ ਬਹੁਤ ਖੁਸ਼ ਹੈ ਕਿ ਇਨਾ ਜ਼ਿਆਦਾ ਨਫਾ ਹੋਇਆ ਉਹਦੇ ਵੀ ਪੈਸੇ ਅਸੀਂ ਦੇਣੇ ਹਨ ਇੰਨਾ ਜ਼ਿਆਦਾ ਉਹ ਬਹੁਤ ਪਰੇਸ਼ਾਨ ਹੋਇਆ ਜੋ ਵਿਰੋਧੀ ਸਨ ਜਾਂ ਨਿੰਦਕ ਸਨ ਜਿਨ੍ਹਾਂ ਨੇ ਜਾ ਕੇ ਚੁਗਲੀ ਲਾਈ ਸੀ ਬਾਦਸ਼ਾਹ ਨੂੰ ਉਹ ਈਰਖਾਲੂ ਲੋਕ ਉਹ ਆਪਣੇ ਆਪ ਹੀ ਉਹਨਾਂ ਦੇ ਮੂੰਹ ਬੰਦ ਹੋ ਗਏ ਜਦੋਂ ਹਿਸਾਬ ਹੋਇਆ ਤੇ ਵਾਧਾ ਨਿਕਲਿਆ ਨਵਾਬ ਨੇ ਖੁਸ਼ ਹੋ ਕੇ ਕੁਝ ਰੁਪਏ ਕੁਝ ਸੌ 5 600 ਰੁਪਈਆ ਗੁਰੂ ਨਾਨਕ ਦੇਵ ਜੀ ਨੂੰ ਦਿੱਤਾ ਕਿ ਤੁਸੀਂ ਹੋਰ ਜਿੰਸ ਲੈ ਕੇ ਆਓ ਤੇ ਮੋਦੀ ਖਾਨੇ ਦਾ ਇਹ ਭੰਡਾਰਾ ਹੋਰ ਵੱਡਾ ਕਰੋ। ਭਾਵ ਕਿ ਸਤਿਗੁਰਾਂ ਨੇ ਦਾਨ ਦਿੱਤਾ, ਸਤਿਗੁਰਾਂ ਨੇ ਦਿੱਤਾ ਤੇ ਦਿੱਤਾ ਵੀ ਤੇ ਟੋਟ ਵੀ ਨਹੀਂ ਆਈ। ਐਸਾ ਇੱਕੋ ਹੀ ਆਦਮੀ ਕਰ ਸਕਦਾ, ਆਦਮੀ ਨਹੀਂ ਕੋਈ ਕਰ ਸਕਦਾ, ਐਸਾ ਇੱਕੋ ਹੀ ਸ਼ਖਸੀਅਤ ਕਰ ਸਕਦੀ ਹੈ। ਉਹ ਹੈ ਸਤਿਗੁਰੂ। ਐਸੀ ਇੱਕੋ ਹੀ ਤਾਕਤ ਕਰ ਸਕਦੀ ਹੈ। ਉਹ ਹੈ ਉਸ ਅਕਾਲ ਪੁਰਖ ਦੀ ਤਾਕਤ। ਦੇਦਾ ਦੇ ਲਈਦੇ ਥੱਕ ਪਾਹੇ ਉਹ ਐਸਾ ਦాతਾ ਉਹ ਦੇਂਦਾ ਤੇ ਨਾ ਜਿਆਦਾ ਦੇਂਦਾ ਕਿ ਲੈਣ ਵਾਲੇ ਥੱਕ ਜਾਂਦੇ ਨੇ ਪਰ ਦੇਂਦੇ ਟੋਟ ਨਾ ਆ ਬਈ ਉਹਨੂੰ ਦੇਂਦਿਆਂ ਟੋਟ ਨਹੀਂ ਆਉਂਦੀ ਗਿੰਤ ਪਰੇ ਪੰਡਾਰ ਉਹਦੇ ਪੰਡਾਰ ਅਣਗਿੰਤ ਹਨ ਅਟੁੱਟ ਹਨ ਅਖੋਟ ਹਨ ਕਦੇ ਵੀ ਮੁੱਕਦੇ ਨਹੀਂ ਤੇ ਐਸੇ ਪੰਡਾਰੇ ਨੂੰ ਦੇਣ ਵਾਲਾ ਇੱਕੋ ਦాతਾ ਉਹ ਸਤਿਗੁਰੂ ਹੈ ਉਹ ਅਕਾਲ ਪੁਰਖ ਹੈ ਉਹ ਗੁਰੂ ਨਾਨਕ ਦੇਵ ਸਤਿਗੁਰੂ ਹੈ ਸਾਬ ਇੱਕ ਵਾਰ ਗੱਜ ਕੇ ਆਖੋ ਧੰਤਨ ਸ੍ਰੀ ਸਤਿਗੁਰੂ ਨਾਨਕ ਦੇਵ ਸਾਬ ਸੱਚੇ ਬਾਦਸ਼ਾਹ ਐਸਾ ਸਤਿਗੁਰੂ ਤੋਂ ਬਿਨਾ ਕੋਈ ਨਹੀਂ ਕਰ ਸਕਦਾ ਸਤਿਗੁਰੂ ਜੀ ਹੁਣ ਉਥੇ ਸੁਲਤਾਨਪੁਰ ਨੇ ਮਨ ਵਿੱਚ ਇੱਕ ਕ੍ਰਾਂਤੀ ਆ ਗਈ ਇੱਕ ਰੈਵੋਲੂਸ਼ਨ ਆ ਗਈ ਸਤਗੁਰਾਂ ਦੇ ਵਿਚਾਰਾਂ ਵਿੱਚ ਸਤਗੁਰਾਂ ਨੇ ਸੋਚ ਲਿਆ ਵੀ ਉਹ ਜੋ ਅਕਾਲ ਪੁਰਖ ਹੈ ਬਸ ਉਹਦਾ ਮੇਰੇ ਸਿਰ ਤੇ ਹੱਥ ਹੋਵੇ ਬਸ ਉਹ ਅਕਾਲ ਪੁਰਖ ਮੇਰੇ ਨਾਲ ਹੋਵੇ ਇਹ ਜੋ ਸਮਾਜ ਹੈ ਇਹ ਰਾਜਨੀਤੀ ਹੈ ਇਹ ਜੋ ਧਰਮ ਹੈ ਇਹ ਬਹੁਤ ਜ਼ਿਆਦਾ ਜੋ ਨਿਗਾਰ ਵੱਲ ਜਾ ਰਹੀਆਂ ਇਹ ਸਭ ਚੀਜ਼ਾਂ ਹਨ ਗਰੀਬ ਮਜਲੂਮ ਲੋਕ ਹਨ ਜੁਲਮ ਤੋਂ ਪਰੇਸ਼ਾਨ ਵਿਅਕਤੀ ਹਨ ਸਤਾਏ ਹੋਏ ਜਿਹੜੇ ਮਜਲੂਮ ਹਨ ਜਿਨ੍ਹਾਂ ਦੀ ਕੋਈ ਗੱਲ ਨਹੀਂ ਸੁਣ ਰਿਆ ਉਹਨਾਂ ਦੀ ਫਰਿਆਦ ਸੁਣਨ ਦੀ ਜਗ੍ਹਾ ਉਹਨਾਂ ਨੂੰ ਹੋਰ ਨੱਪਿਆ ਜਾ ਰਿਹਾ ਉਹਨਾਂ ਨੂੰ ਕ੍ਰਿਟਿਸਾਈਜ਼ ਕੀਤਾ ਜਾ ਰਿਹਾ ਹੋਰ ਜ਼ਿਆਦਾ ਉਹਨਾਂ ਨੂੰ ਦਬਾਇਆ ਜਾ ਰਿਹਾ ਤੇ ਐਸੇ ਸ਼ੋਸ਼ਣ ਦਾ ਸ਼ਿਕਾਰ ਹੋਇਆ ਸਮਾਜ ਐਸੇ ਜਾਦੇ ਹਰਾਸਮੈਂਟ ਦੇ ਜੋ ਸ਼ਿਕਾਰ ਹਨ ਲੋਕ ਐਸਾ ਜੋ ਤਕਬਾ ਹੈ ਨੀਵੇਂ ਆ ਨਮਾਨਿਆਂ ਗਰੀਬਾਂ ਦਾ ਸਤਗੁਰਾਂ ਨੇ ਕਿਹਾ ਕਿ ਮੈਂ ਦੀ ਸਹਾਇਤਾ ਕਰਨੀ ਉਹ ਕਰਤ ਸੁਲਤਾਨਪੁਰ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਵਕਤ ਨੌਕਰੀ ਕਰਦੇ ਨੌਕਰੀ ਦੇ ਸਮੇਂ ਦੌਰਾਨ ਸਤਗੁਰਾਂ ਨੇ ਇਸ ਗੱਲ ਦਾ ਨਿਸ਼ਚਾ ਕੀਤਾ ਵਿਚਾਰ ਬਣਾਇਆ ਕਿ ਕੁਝ ਕੀਤਾ ਜਾਵੇਗਾ ਐਸਾ ਕਰਨਾ ਚਾਹੀਦਾ ਹੈ ਤੇ ਐਸਾ ਇਸ ਵਕਤ ਜ਼ਰੂਰੀ ਹੋ ਗਿਆ ਕਰਨਾ ਕਿ ਜਿਨ੍ਹਾਂ ਦੇ ਨਾਲ ਇਹਨਾਂ ਦਾ ਪਲਾ ਹੋ ਸਕੇ ਇਹਨਾਂ ਦੀ ਸਥਿਤੀ ਇਹਨਾਂ ਦੀ ਹਾਲਤ ਸੁਧਰ ਸਕੇ ਜੇ ਇਹ ਨਾ ਸੁਧਰੀ ਅਮੀਰ ਤੇ ਗਰੀਬ ਵਿਚਕਾਰ ਜੋ ਫਰਕ ਹੈ ਜੋ ਗਰੀਬ ਹਾਨੋਂ ਹੋਰ ਗਰੀਬ ਹੋ ਰਹੇ ਨੇ ਜੋ ਅਮੀਰ ਹਾਨੋਂ ਹੋਰ ਅਮੀਰ ਹੋ ਰਹੇ ਨੇ ਤੇ ਸੋਸਾਇਟੀ ਦੇ ਵਿੱਚ ਜੋ ਡਿਫਰੈਂਸ ਹੈ ਜਿੰਨਾ ਵੱਧਾ ਜਾਏਗਾ ਉਨਾ ਹੀ ਅਸੀਂ ਆਪਣੇ ਵਿਨਾਸ਼ ਦੇ ਵੱਲ ਵੱਧ ਰਹੇ ਹਾਂ ਉਨਾ ਹੀ ਅਸੀਂ ਆਪਣੇ ਅੰਤ ਦੇ ਵੱਲ ਵੱਧ ਰਹੇ ਹਾਂ ਮਾਡਰਨ ਸਮਾਜਿਕ ਗੱਲ ਕੀਤੀ ਜਾਵੇ ਨਾ ਵਰਲਡ ਬੈਂਕ ਜਾਂ ਯੂਨੋ ਵੱਲੋਂ ਜੋ ਸਰਵੇ ਹੁੰਦਾ ਦੇਸ਼ਾਂ ਦਾ ਕੰਟਰੀਜ਼ ਦਾ ਸਰਵੇ ਕੀਤਾ ਜਾਂਦਾ ਉਹਦੇ ਵਿੱਚ ਵੀ ਇਹ ਵੇਖਿਆ ਜਾਂਦਾ ਕਿ ਜਿਹੜੇ ਰਿਚ ਹਨ ਤੇ ਜਿਹੜੇ ਪਾਵਰਟੀ ਲਾਈਨ ਤੋਂ ਥੱਲੇ ਨੇ ਜਿਹੜੇ ਅਮੀਰ ਹਨ ਤੇ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਹਨ ਉਨਾ ਦੇ ਵਿੱਚ ਕਿੰਨਾ فاਸਲਾ ਹੈ ਕਿੰਨੇ ਪਰਸੈਂਟ ਲੋਕ ਨੇ ਜਿਹੜੇ ਅਮੀਰ ਹਨ ਤੇ ਕਿੰਨੇ ਅਮੀਰ ਨੇ ਤੇ ਕਿੰਨੇ ਪਰਸੈਂਟ ਲੋਕ ਨੇ ਜਿਹੜੇ ਗਰੀਬ ਹਨ ਤੇ ਕਿਸ ਹਿਸਾਬ ਦੇ ਨਾਲ ਤੇ ਕਿੰਨੇ ਗਰੀਬ ਹਨ ਤੇ ਜਿੰਨਾ ਕੰਟਰੀਆਂ ਦੇ ਵਿੱਚ ਜਿੰਨਾ ਦੇਸ਼ਾਂ ਦੇ ਵਿੱਚ ਇਹਨਾਂ ਦਾ ਫਰਕ ਬਹੁਤ ਜ਼ਿਆਦਾ ਹੁੰਦਾ ਹੈ ਉਹਨਾਂ ਨੂੰ ਅੰਡਰ ਡਿਵੈਲਪਡ ਧਾਕਦੇ ਨੇ ਕੰਟਰੀਆਂ ਨੂੰ ਉਸ ਕੰਟਰੀਸ ਨੂੰ ਜਿਵੇਂ ਆਫਰੀਕਾ ਦੀਆਂ ਜੋ ਕੁਝ ਕੰਟਰੀਆਂ ਹਨ ਜੋ ਗਰੀਬ ਨੇ ਸੁਡਾਨ ਜਾਂ ਹੋਰ ਕੋਈ ਕੰਟਰੀਆਂ ਐਸੇ ਹਿਸਾਬ ਦੇ ਨਾਲ ਮੁਲਾਂਕਣ ਕੀਤਾ ਜਾਂਦਾ ਅੱਜ ਵੀ ਗੁਰੂ ਨਾਨਕ ਦੇਵ ਜੀ ਨੇ ਵੀ ਇਸ ਨੂੰ 500 ਸਾਲ ਪਹਿਲਾਂ ਅਪਣਾਇਆ 500 ਸਵਾ 500 ਸਾਲ ਪਹਿਲਾਂ ਉਹਨਾਂ ਨੇ ਇਸ ਗੱਲ ਇਸ ਪੈਮਾਨੇ ਤੇ ਇਸ ਸਕੇਲ ਦੇ ਨਾਲ ਉਹਨਾਂ ਨੇ ਸਮਾਜ ਨੂੰ ਵੇਖਿਆ ਤੇ ਵੇਖਿਆ ਹੀ ਨਹੀਂ ਉਹਨਾਂ ਨੇ ਬਦਲਣ ਦਾ ਵਿਚਾਰ ਬਣਾਇਆ ਉਸ ਜਗ੍ਹਾ ਨੌਕਰੀ ਦੇ ਦੌਰਾਨ ਹੀ ਜਦੋਂ ਫਿਰ ਆਮਦਨ ਆਉਣ ਲੱਗੀ ਨਾ ਕੁਝ 100 ਰੁਪਏ ਸਨ ਜਾਂ ਹੋਰ ਵੀ ਨਾਲ ਦੇ ਨਾਲ ਵੀ ਕੁਝ ਆਮਦਨ ਹੁੰਦੀ ਸੀ ਸਤਗੁਰਾਂ ਨੇ ਉਸ ਵਕਤ ਆਪਣਾ ਫਿਰ ਵਖਾ ਕਰ ਲੈ ਲਿਆ ਉੱਥੇ ਹੀ ਸultanpur ਪਹਿਲਾਂ ਪਹਿਣ ਜਿਹਦੇ ਕੋਲ ਰਹਿੰਦੇ ਸਨ ਹੁਣ ਵੱਖਰਾ ਕਰ ਇੱਕ ਰਸੋਈਆ ਰੱਖ ਲਿਆ ਜੋ ਭੋਜਨ ਬਣਾ ਕੇ ਸਤਗੁਰਾਂ ਨੂੰ ਸਿਖਾਉਂਦਾ ਸੀ ਤੇ ਨਾਲ ਹੀ ਮਰਦਾਨੀ ਨੂੰ ਸੱਦਾ ਪੇਜ ਕੇ ਕੁਝ ਕੰਮਕਾਰ ਸੇਵਾ ਲਈ ਜਾਂ ਹੋਰ ਵੀ ਕੋਈ ਕੰਮਕਾਰ ਹੁੰਦੇ ਸਨ ਤੇ ਤਲਵੰਡੀ ਤੋਂ ਚਿੱਠੀ ਪਾ ਕੇ ਤੇ ਮਰਦਾਨੇ ਨੂੰ ਬੁਲਾ ਲਿਆ ਕਿਉਂਕਿ ਉਹਨਾਂ ਦੀ ਹੀ ਕੁਲਦਾਉ ਮਰਾਸੀ ਸੀ ਉਹ ਜੋ ਉਸ ਵਕਤ ਦੀ ਰੀਤੀ ਸੀ ਜਿਸ ਤਿਸਾਬ ਨਾਲ ਸਮਾਜ ਵੰਡਿਆ ਸੀ ਐਵੇਂ ਗੁਰੂ ਨਾਨਕ ਦੇਵ ਜੀ ਇੱਥੇ ਸੁਲਤਾਨਪੁਰ ਦੇ ਵਿੱਚ ਰਹਿੰਦੇ ਨੇ ਹਰ ਪ੍ਰਕਾਰ ਦੇ ਨਾਲ ਸੁਵਿਧਾ ਹੈ ਹਰ ਪ੍ਰਕਾਰ ਨਾਲ ਉਸ ਜਗ੍ਹਾ ਸੁਲਤਾਨਪੁਰ ਸਮਾਂ ਬੀਤਦਾ ਪਿਆ ਸਤਿਗੁਰਾਂ ਨੇ ਵਿਚਾਰ ਬਣਾਇਆ ਕਿ ਮੈਂ ਹੁਣ ਜਾਣਾ ਸਤਿਗੁਰੂ ਜੀ ਵਿੰਦੇ ਕੰਡੇ ਭਜਨ ਬੰਦਗੀ ਕਰਦੇ ਸਨ ਤੜਕੇ ਜਦੋਂ ਜਾਂਦੇ ਸਨ ਇਸ਼ਨਾਨ ਕਰਨਾ 베ਰੀ ਦੇ ਰੁੱਖ ਦੇ ਉੱਥੇ ਉਹਨਾਂ ਕੱਪੜੇ ਉਤਾਰ ਕੇ ਰੱਖ ਜਾਣੇ ਉੱਥੇ ਆ ਕੇ ਉਹਦੇ ਥੱਲੇ ਬਹਿ ਕੇ ਬੰਦਗੀ ਕਰਨੀ ਭਜਨ ਕਰਨਾ ਇਕਾਗਰ ਕਰਨਾ ਹਿਰਦੇ ਨੂੰ ਸੋਚਣਾ ਆਤਮ ਚਿੰਤਨ ਕਰਨਾ ਸਮਾਜ ਦਾ ਚਿੰਤਨ ਕਰਨਾ ਅਧਿਆਨ ਕਰਨਾ ਤੇ ਉਹਦੇ ਥੱਲੇ ਬਹੁਤ ਸਮਾਂ 12 ਸਾਲ ਸਤਿਗੁਰੂ ਜੀ ਉੱਥੇ ਰਹੇ ਹਨ ਸੁਲਤਾਨਪੁਰ ਆਯੂ ਕਰਕੇ 12 ਸਾਲ ਤੇ ਉਸ 베ਰੀ ਦੇ ਕੋਲ ਰੋਜ਼ ਸਤਿਗੁਰਾਂ ਨੇ ਜਾਣਾ ਉਹ ਅੱਜ ਵੀ 베ਰੀ ਮੌਜੂਦ ਹੈ ਸੁਲਤਾਨਪੁਰ ਸਤਿਗੁਰਾਂ ਦਾ ਜਿੱਥੇ ਗੁਰਦੁਆਰਾ ਸਥਾਣ ਵੀ ਬਣਿਆ ਉਹ 베ਰੀ ਸਾਹਿਬ ਵੀ ਉੱਥੇ ਹੈ ਜਿੱਥੇ ਸਤਿਗੁਰੂ ਜੀ ਬੰਦਗੀ ਕਰਦੇ ਸਨ ਸਤਿਗੁਰਾਂ ਰੋਜ਼ ਜਾਣਾ ਉੱਥੇ ਬੰਦਗੀ ਕਰਨੀ ਸਵੇਰ ਹੁੰਦੀ ਸਾਰ ਜੋ ਨਿਤ ਦੀ ਕਰਿਆ ਸੀ ਸਤਗੁਰਾਂ ਦੀ ਜੋ ਸਤਗੁਰਾਂ ਦਾ ਦਿਨ ਚਰਿਆ ਸੀ ਉਹ ਸਤਗੁਰਾਂ ਨੇ ਢੇਲੀ ਦਾ ਕੋਰਸ ਨਿਭਾਉਣਾ ਮੋਦੀ ਖਾਨੇ ਜਾਣਾ ਨੌਕਰੀ ਕਰਨੀ ਤੋਲਦੇ ਵੀ ਸਨ ਤਲਾਉਂਦੇ ਵੀ ਸਨ ਨੌਕਰ ਵੀ ਸਤਗੁਰਾਂ ਦੇ ਅਧੀਨ ਸਨ ਇਹ ਗੱਲ ਨਹੀਂ ਵੀ ਆਪ ਹੀ ਸਾਰਾ ਕਰਨਾ ਤੇ ਇਹ ਵੀ ਨਹੀਂ ਸੀ ਕਿ ਆਪ ਨਹੀਂ ਸੰਕਰਦੇ ਬਹੁਤ ਵੱਡਾ ਉਹ ਮੋਦੀ ਖਾਨਾ ਸੀ ਜੋ ਸੀਜ਼ਨ ਦਾ ਜਦੋਂ ਵਕਤ ਹੁੰਦਾ ਸੀ ਉਸ ਵਕਤ ਕੁਝ ਨੌਕਰ ਕੁਝ ਕਰਮਚਾਰੀ ਨਾਲ ਮਿਲਦੇ ਸਤਗੁਰਾਂ ਦੇ ਸਤਗੁਰਾਂ ਹਿਸਾਬ ਕਰਨਾ ਹੁੰ ਆਪੇ ਤੋਲਦੇ ਸਤਗੁਰੂ ਜੀ ਦੱਸਦੇ ਕਿਉਂਕਿ ਉਸ ਵਕਤ ਅਨਾਜ ਇਕੱਤਰ ਕਰਨਾ ਹੁੰਦਾ ਸੀ ਜਾਂ ਜਾਦਾ ਭਾਰੀ ਕੰਮ ਹੁੰਦਾ ਸੀ ਪਰ ਆਮ ਦਿਨਾਂ ਦੇ ਵਿੱਚ ਸਤਗੁਰੂ ਜੀ ਵੀ ਤੋਲਦੇ ਸਨ ਆਪ ਤੱਕੜੀ ਫੜ ਕੇ ਐਵੇਂ ਜੋ ਸਤਗੁਰਾਂ ਦਾ ਕਾਰਜ ਸੀ ਸਤਗੁਰਾਂ ਉਹ ਵੀ ਕਰਨਾ ਫੇਰ ਜੋ ਆਮਦਨ ਹੋਣੀ ਉਹਦੇ ਚੋਂ ਦਾਨ ਪੁੰਨ ਵੀ ਕਰਨਾ ਸਤਿਗੁਰਾਂ ਨੇ ਉਪਦੇਸ਼ ਦਿੱਤਾ ਆਪਣੇ ਸਾਰੇ ਜੀਵਨ ਦੇ ਵਿੱਚ ਆਪਣੇ ਸਿੱਖਾਂ ਨੂੰ ਬਾ ਉਮਰ ਜੋ ਉਪਦੇਸ਼ ਦਿੱਤਾ ਪਹਿਲਾ ਆਪਣੇ ਤੇ ਕਮਾਇਆ ਗੁਰੂ ਨਾਨਕ ਦੇਵ ਜੀ ਨੇ ਸਤਿਗੁਰਾਂ ਨੇ ਇਹ ਕਨਸੈਪਟ ਦਿੱਤਾ ਸੰਸਮਾਜ ਨੂੰ ਸੰਸਾਰ ਨੂੰ ਜਗਤ ਨੂੰ ਦੁਨੀਆ ਨੂੰ ਕਿ ਕੱਲਾ ਕਹਿਣਾ ਫਰਜ ਨਹੀਂ ਹੈ ਜੇ ਤੁਸੀਂ ਕਹਿਣਾ ਚਾਹੁੰਦੇ ਹੋ ਤੁਹਾਨੂੰ ਕਰਨਾ ਵੀ ਪਵੇਗਾ ਕਿਸੇ ਨੂੰ ਕਹਿਣ ਦਾ ਤੁਹਾਨੂੰ ਓਨੀ ਦੇਰ ਤੱਕ ਹੱਕ ਨਹੀਂ ਜਿੰਨੀ ਦੇਰ ਤੱਕ ਉਸ ਨੂੰ ਤੁਸੀਂ ਆਪਣੇ ਉੱਤੇ ਪ੍ਰੈਕਟਿਸ ਨਹੀਂ ਕਰਦੇ ਪ੍ਰੈਕਟੀਕਲੀ ਤੌਰ ਤੇ ਜਦੋਂ ਉਹਨੂੰ ਨਿਭਾਉਂਦੇ ਨਹੀਂ ਆਪਣੇ ਹੀ ਕਹੇ ਹੋਏ ਨੂੰ ਤੁਹਾਨੂੰ ਕਿਸੇ ਨੂੰ ਕਹਿਣ ਦਾ ਹੱਕ ਨਹੀਂ ਸਤਿਗੁਰਾਂ ਨੇ ਦਾਨ ਕੀਤਾ ਸਿੱਖਾਂ ਨੂੰ ਸਤਿਗੁਰਾਂ ਨੇ ਸਿਖਿਆ ਦਿੱਤੀ ਆ ਨਾ ਨਾਮ ਦਾਨ ਇਸ਼ਨਾਣ ਇਕ ਕੋਈ ਛੋਟੀ ਜਿਹੀ ਗੱਲ ਜਾਂ ਕੋਈ ਆਮ ਨੋਰਮਲ ਗੱਲ ਨਹੀਂ ਸੀ ਕਿ ਨਾਮਦਾਨ ਇਸ਼ਨਾਨ ਬਹੁਤ ਵੱਡਾ ਇਹਦੇ ਵਿੱਚ ਭੇਦ ਹੈ ਬੜਾ ਵੱਡਾ ਇਹਦੇ ਵਿੱਚ ਰਾਜ ਹੈ ਕਿ ਨਾਮਦਾਨ ਇਸ਼ਨਾਨ ਇਹ ਤਿੰਨ ਤਰ੍ਹਾਂ ਦੀਆਂ ਸਿੱਖਿਆਵਾਂ ਤੇ ਤਿੰਨ ਫਰਜ਼ ਇੱਕ ਸਿੱਖ ਦੇ ਸਤਗੁਰਾਂ ਕਿਉਂ ਇਹ ਤਿੰਨੇ ਹੀ ਕਿਉਂ ਕੀਤੇ ਨਾਮਦਾਨ ਜਾਂ ਬਾਣੀ ਕਿਉਂ ਨਹੀਂ ਕਿਹਾ ਜਾਂ ਨਾਮ ਬਾਣੀ ਇਸ਼ਨਾਨ ਨਹੀਂ ਕਿਹਾ ਇਹ ਤਨੇਜ ਹੀ ਕਿਉਂ ਕਹੇ ਨਹੀਂ ਇਸ ਦੇ ਪਿੱਛੇ ਇੱਕ ਬਹੁਤ ਗਹਿਰਾ ਭਾਵ ਹੈ ਉਹ ਗਹਿਰਾ ਭਾਵ ਕੀ ਹੈ ਤਿੰਨ ਚੀਜ਼ਾਂ ਹਨ ਮਨੁੱਖ ਦੇ ਕੋਲ ਸੰਸਾਰ ਦੇ ਵਿੱਚ ਉਹ ਹੈ ਮਨ ਤਨ ਤੇ ਤਨ ਸਰੀਰ ਬਾਡੀ ਉਸ ਦਾ ਜੋ ਮਨ ਹੈ ਉਸ ਦਾ ਹਿਰਦਾ ਉਸ ਦੀ ਸੋਲ ਉਸ ਦੇ ਥਾਟ ਉਸ ਦੇ ਵਿਚਾਰ ਤੇ ਤੀਜਾ ਹੈ ਉਸ ਕੋਲ ਜੋ ਸੰਪਤੀ ਹੈ ਮਨੀ ਹੈ ਧਨ ਹੈ ਸਤਿਗੁਰਾਂ ਨੇ ਆਖਿਆ ਵੀ ਜੇ ਤੁਸੀਂ ਪਰਮੇਸ਼ਰ ਨੂੰ ਮਿਲਣਾ ਜੇ ਤੁਸੀਂ ਪਰਮਾਤਮਾ ਨੂੰ ਹਾਸਲ ਕਰਨਾ ਜਾਂ ਉਸ ਅਨੰਤ ਤੱਕ ਉਸ ਪਰਮ ਆਨੰਦ ਦੀ ਅਵਸਥਾ ਤੇ ਪਹੁੰਚਣਾ ਤੁਹਾਨੂੰ ਇਹ ਤਿੰਨੇ ਹੀ ਪਵਿੱਤਰ ਕਰਨੇ ਪੈਣਗੇ ਤੁਹਾਨੂੰ ਇਹਨਾਂ ਤਿੰਨਾਂ ਨੂੰ ਹੀ ਪਾਵਨ ਕਰਨਾ ਪਵੇਗਾ ਆਪਣੇ ਮਨ ਨੂੰ ਵੀ ਪਵਿੱਤਰ ਆਪਣੇ ਤਨ ਨੂੰ ਵੀ ਪਵਿੱਤਰ ਤੇ ਆਪਣੇ ਤਨ ਨੂੰ ਵੀ ਪਵਿੱਤਰ ਸਤਿਗੁਰਾਂ ਨੇ ਆਖਿਆ ਇਹਨਾਂ ਨੂੰ ਕਰਨ ਦਾ ਇੱਕ ਤਰੀਕਾ ਹੈ ਨਾਮਦਾਨ ਇਸ਼ਨਾਨ ਨਾਮ ਜਪੋਗੇ ਮਨ ਪਵਿੱਤਰ ਹੋ ਜਾਏਗਾ ਦਾਨ ਕਰੋਗੇ ਤੁਹਾਡਾ ਤਨ ਪਵਿੱਤਰ ਹੋ ਜਾਏਗਾ ਇਸ਼ਨਾਨ ਕਰੋਗੇ ਤੁਹਾਡਾ ਤਨ ਪਵਿੱਤਰ ਹੋ ਜਾਏਗਾ ਸਤਿਗੁਰਾਂ ਨੇ ਇਹ ਸਿੱਖਿਆ ਆਪਣੇ ਸਿੱਖਾਂ ਨੂੰ ਆਪਣੀ ਉਮਤ ਨੂੰ ਆਪਣੇ ਪੈਰੋਕਾਰਾਂ ਨੂੰ ਦਿੱਤੀ ਆਪਣੀ ਉਮਰ ਵਿੱਚ ਅੱਗੇ ਜਾ ਕੇ ਦਿੰਦੇ ਹਨ ਸਤਿਗੁਰਾਂ ਨੇ ਇਸ ਨੂੰ ਆਪਣੇ ਤੇ ਪ੍ਰੈਕਟਿਸ ਪਹਿਲਾਂ ਕੀਤਾ ਇਸ਼ਨਾਨ ਰੋਜ਼ ਕਰਦੇ ਸਨ ਸਵੇਰੇ ਇਕਾਗਰ ਮਨ ਕਰਨ ਤੋਂ ਪਹਿਲਾਂ ਸਤਗੁਰੂ ਜੀ ਨਾਮ ਜਪਦੇ ਹਨ ਪਰਮੇਸ਼ਰ ਦੀ ਅਰਾਧਨਾ ਕਰਦੇ ਨੇ ਆਪਣੇ ਚਿੱਤ ਦੇ ਵਿੱਚ ਤੇ ਉੱਥੇ ਦਾਨ ਵੀ ਕਰਦੇ ਨੇ ਜੋ ਉਹਨਾਂ ਦੀ ਕਮਾਈ ਹੁੰਦੀ ਹੈ ਉਹਦੇ ਵਿੱਚੋਂ ਬਹੁਤਾ ਹਿੱਸਾ ਉਹ ਦਾਨ ਕਰ ਦਿੰਦੇ ਨੇ ਤੇ ਐਵੇਂ ਦਿਨ ਬੀਤਦੇ ਨੇ ਸਤਗੁਰਾਂ ਨੇ ਇੱਕ ਦਿਨ ਜਿੱਥੇ ਇਸ਼ਨਾਨ ਕਰਨ ਜਾਂਦੇ ਸਨ ਉਸ ਵੇਂ ਦੇ ਵਿੱਚ ਟੁੱਬੀ ਮਾਰੀ ਤਿੰਨ ਦਿਨ ਗਾਇਬ ਰਹਿ ਬੇਬੇ ਨਾਨਕੀ ਜੀ ਬਹੁਤ ਚਿੰਤਿਤ ਹੋਏ ਕਿ ਕਿਥੇ ਗਿਆ ਮੇਰਾ ਸੁਖਾਂ ਲੱਦਾ ਕੋ ਇੱਕ ਵੀਰ ਪਾਇਆ ਪਾਇਆ ਜੈ ਰਾਮ ਜੀ ਨੇ ਵੀ ਬੜੀ ਖੋਜ ਕੀਤੀ ਆਖਰ ਮੋਦੀ ਖਾਨੇ ਦਾ ਕੰਮ ਸੀ ਈਰ ਖਾਲੂ ਜਾਂ ਜੋ ਲੋਕ ਸਨ ਐਸੇ ਜਿਨ੍ਹਾਂ ਨੇ ਪਹਿਲਾਂ ਸ਼ਿਕਾਇਤਾਂ ਲਾਈਆਂ ਸਾਨੂੰ ਹੁਣ ਵੀ ਲਾਉਂਦੇ ਨੇ ਨਵਾਬ ਕੋ ਕਿ ਮੋਦੀ ਖਾਨਾ ਛੱਡ ਕੇ ਤੇ ਹੁਣ ਫੇਰ ਨੁਕਸਾਨ ਕਿਤੇ ਹੋਣ ਹੋ ਗਿਆ ਹੁਣਾ ਤੇ ਡਰਦਾ ਭੱਜ ਗਿਆ ਨਵਾਬ ਨੇ ਵੀ ਕੁਝ ਆਦਮੀ ਭੇਜੇ ਵੀ ਉਹ ਗੱਲ ਵੱਖਰੀ ਹੈ ਇੱਕ ਆਦਮੀ ਨਹੀਂ ਲੱਭਦਾ ਪਿਆ ਬਹੁਤ ਖੋਜ ਹੋਈ ਭਾਲ ਹੋਈ ਪਰ ਕੁਝ ਪਤਾ ਨਾ ਲੱਗਾ ਜਦੋਂ 3 ਦਿਨਾਂ ਬਾਅਦ ਚੌਥੀ ਸਵੇਰ ਹੋਈ ਤੇ ਸਤਿਗੁਰੂ ਜੀ ਰੋਜ਼ ਦੀ ਤਰ੍ਹਾਂ ਉੱਥੇ ਬੇਰੀ ਦੇ ਥੱਲੇ ਸਮਾਦੀ ਲੀਨ ਹੋਏ ਨਾਮ ਜਪਦੇ ਪੈ ਸਨ ਬਾਦ ਵਿੱਚ ਸਤਿਗੁਰੂ ਜੀ ਜਦੋਂ ਆਏ ਹਨ ਉਹਨਾਂ ਦੇ ਨੈਣਾਂ ਦੇ ਵਿੱਚ ਇੱਕ ਵੱਖਰੀ ਮਸਤੀ ਸੀ ਉਹਨਾਂ ਦਾ ਮਨ ਵੱਖਰੇ ਹੀ ਰੰਗ ਵਿੱਚ ਰੰਗਿਆ ਗਿਆ ਸੀ ਉਹਨਾਂ ਦੇ ਚਿਹਰੇ ਤੇ ਇੱਕ ਵੱਖਰਾ ਜلال ਸੀ ਇੱਕ ਵੱਖਰੀ ਜਈ ਨਿਹਾਰ ਸਤਿਗੁਰਾਂ ਦੀ ਇੱਕ ਵੱਖਰਾ ਜਈ ਸਰੂਪ ਵੇਖਣ ਨੂੰ ਆਇਆ ਬੜਾ ਬਦਲਾਅ ਆ ਗਿਆ ਹੁਣ ਸਤਿਗੁਰੂ ਜੀ ਤਿੰਨ ਦਿਨ ਕਿੱਥੇ ਰਹਿ ਵੱਖ-ਵੱਖੇ ਦੇ ਵਿੱਚ ਵਿਚਾਰ ਹਨ ਕੋਈ ਆਖਦੇ ਨੇ ਵੀ ਇੱਕ ਸਿਧਾਂਤ ਹੈ ਇੱਕ ਥਿਉਰੀ ਹੈ ਕਿ ਸਤਿਗੁਰੂ ਜੀ ਅਕਾਲ ਪੁਰਖ ਦੇ ਦਰਬਾਰ ਵਿੱਚ ਗਏ ਅਕਾਲ ਪੁਰਖ ਦੇ ਰੂਬਰੂ ਹੋਏ ਸੱਚਖੰਡ ਗਏ ਜਦੇ ਬਾਬਤ ਭਾਈ ਗੁਰਦਾਸ ਜੀ ਵੀ ਲਿਖਦੇ ਨੇ ਕਿ ਉਹ ਜਦੋਂ ਗੈਵੰਹੀਂ ਦੇ ਵਿੱਚ ਬਾਬਾ ਪਹਿਦਾ ਸੱਚਖੰਡ ਨੌਨ ਦੇ ਨਾਮ ਗਰੀਬੀ ਪਾਈ ਉਥੇ ਗਏ ਉਥੋਂ ਇੱਕ ਗਰੀਬੀ ਦਾ ਨਿਮਰਤਾ ਦਾ ਜਾਂ ਇੱਕ ਵੱਖਰਾ ਕਨਸੈਪਟ ਲੈ ਕੇ ਆਏ ਅਕਾਲ ਪੁਰਖ ਕੋਲ ਗਏ ਦੂਜੀ ਥਿਉਰੀ ਇਹ ਆਖਦੀ ਹੈ ਜੋ ਇੱਕ ਵਿਅਕਤੀ ਨੇ ਕਿਹਾ ਲਿਖਿਆ ਹੈ ਬਹੁਤ ਵਿਦਵਾਨ ਸੱਜਣ ਨੇ ਪ੍ਰੋਫੈਸਰ ਹਨ ਪੰਜਾਬੀ ਯੂਨੀਵਰਸਿਟੀ ਦੇ ਉਹਨਾਂ ਨੇ ਖੋਜ ਕਰਕੇ ਲਿਖਿਆ ਵੀ ਸਤਿਗੁਰੂ ਜੀ ਵੇਈ ਨਦੀ ਤੋਂ ਪਰਲੇ ਪਾਰ ਚਲੇ ਗਏ ਦੂਰ ਜੰਗਲ ਹਜਾਰ ਸਨ ਤੇ ਉੱਥੇ ਜਾ ਕੇ ਇਕਾਗਰ ਚਿਤ ਹੋ ਕੇ ਉਹਨਾਂ ਨੇ ਨਾਮ ਜਪਿਆ ਚਿੰਤਨ ਕੀਤਾ ਪ੍ਰੋਗਰਾਮ ਬਣਾਇਆ ਸੋਚਿਆ ਗੱਲ ਇਹ ਵੀ ਹੋ ਸਕਦੀ ਹੈ ਕਿਉਂਕਿ ਅਕਾਲ ਪੁਰਖ ਦਾ ਜੋ ਦਰਬਾਰ ਹੈ ਨਾ ਜੋ ਉਹ ਪਰਮਪੁਰਖ ਦੀ ਜੋ ਕਜਰੀ ਹੈ ਉਹਦੇ ਵਿੱਚ ਆਤਮਾ ਹੀ ਜਾਵੇਗੀ ਸੂਖਸ਼ਮ ਸਰੀਰ ਹੀ ਜਾਵੇਗਾ ਜੇ ਗਏ ਵੀ ਹੋਣਗੇ ਤੇ ਸਮਾਧੀ ਲੀਨ ਹੋਏ ਹੋਣਗੇ ਕਿਤੇ ਤੇ ਉਹਨਾਂ ਦੀ ਸੋਲ ਉਹਨਾਂ ਦਾ ਸੂਖਸ਼ਮ ਸਰੀਰ ਸੂਖਸ਼ਮ ਜੋਤ ਸਰੂਪ ਹੋ ਕੇ ਤੇ ਪ੍ਰਮਾਤਮਾ ਦੇ ਦਰਬਾਰ ਵਿੱਚ ਗਏ ਹੋਣਗੇ ਤੇ ਉਹ ਪ੍ਰੋਫੈਸਰ ਸਾਹਿਬ ਲਿਖਦੇ ਨੇ ਉਨ੍ਹਾਂ ਦੀ ਦ੍ਰਿਸ਼ਟੀ ਹੈ ਉਹਨਾਂ ਦਾ ਦ੍ਰਿਸ਼ਟੀ ਕੋਨ ਪੁਆਇੰਟ ਆਫ 뷰 ਹੈ ਉਹ ਕਹਿੰਦੇ ਨੇ ਵੀ ਵਹੀਂ ਪਾਰ ਕੀਤੀ ਪਰਮੇਸ਼ਰ ਦੇ ਦਰਬਾਰ ਵਿੱਚ ਜਾਣ ਦੇ ਲਈ ਸਮਾਧੀ ਲਾਈ ਉਹਨਾਂ ਵਿਚਾਰ ਕੀਤੀ ਜਦੋਂ ਪਰਮ ਪਰਮੇਸ਼ਰ ਦਾ ਦਰਸ਼ਨ ਹੋਇਆ ਮਨ ਪ੍ਰੇਮ ਦੇ ਵਿੱਚ ਰੰਗਿਆ ਗਿਆ ਤੇ ਜਦੋਂ ਪ੍ਰੇਮ ਚ ਰੰਗਿਆ ਗਿਆ ਤਿੰਨ ਦਿਨ ਹੋਏ ਆਪਸਾਏ ਬੇਬੇ ਨਾਨਕੀ ਜੀ ਦੇ ਕੋਲ ਉਹਨਾਂ ਕੁੱਟ ਕੇ ਗਲ ਨਾਲ ਲਾਇਆ ਨਾਲੇ ਨੈਤਰਾਂ ਚੋਂ ਅਸ਼ਰੂ ਧਾਰਾ ਵਹਿ ਤਰੀ ਬਹੁਤ ਜ਼ਿਆਦਾ ਪ੍ਰੇਮ ਕੀਤਾ ਸੀ ਆਖਿਆ ਹੁਣ ਨਾ ਜਾਇਓ ਤੁਸੀਂ ਕਿਤੇ ਵੀ ਲੋਕ ਵੀ ਮਿਲਣੇ ਆਏ ਵੇਖਣੇ ਆਏ ਨਵਾਬ ਦੇ ਕੋਲ ਸਤਿਗੁਰੂ ਜੀ ਫੇਰ ਨਹੀਂ ਗਏ ਜੜਾ ਵੀ ਹੁਣ ਦਰਸ਼ਨ ਕਰਦਾ ਮੋਇਆ ਜਾਂਦਾ ਇੱਕ ਬਦਲਾਵ ਜਿਹਾ ਵੱਖਰਾ ਹੀ ਬਦਲਾਵ ਜਿਹਾ ਆ ਗਿਆ ਸਤਿਗੁਰਾਂ ਦੇ ਨੈਣਾ ਦੇ ਵਿੱਚ ਸਤਿਗੁਰਾਂ ਦੇ ਨੇਤਰ ਜਿਵੇਂ ਜਿਸ ਬਾਬਤ ਗੁਰਬਾਣੀ ਦੇ ਵਿੱਚ ਵੀ ਸਹਿਬ ਲਿਖਦੇ ਨੇ ਕਿ ਹਰ ਅੰਮ੍ਰਿਤ ਭਿੰਨੇ ਲੋਏ ਨਾ ਮਨ ਪ੍ਰੇਮ ਰਤਨ ਨਾਰਾਮ ਰਾਜੇ ਜੋ ਮਨ ਸੀ ਉਹ ਪ੍ਰੇਮ ਦੇ ਨਾਲ ਭਿੱਜ ਗਿਆ ਜੋ ਮਨ ਸੀ ਉਹ ਪ੍ਰੇਮ ਦੇ ਨਾਲ ਜਦੋਂ ਗੜੋਚ ਹੋ ਗਿਆ ਤੇ ਨੈਣ ਸੰ ਉਹ ਮਸਤੀ ਨਾਲ ਪਰਪੂਰ ਹੋ ਗਏ ਅੰਮ੍ਰਿਤਮਈ ਹੋ ਗਏ ਗੁਰੂ ਜੀ ਗੁਰ ਬਾਣੀ ਚ ਫਰਮਾਉਂਦੇ ਨੇ ਕਿ ਨੈਣ ਅੰਮ੍ਰਿਤ ਭਿਜੇ ਹੋ ਗਏ ਕਦੋਂ ਹੋਏ ਜਦੋਂ ਮਨ ਪ੍ਰੇਮ ਦੀ ਰੰਗਣ ਵਿੱਚ ਰੰਗਿਆ ਗਿਆ ਫਿਰ ਸਵਾਲ ਉੱਠਿਆ ਕਿ ਰੰਗਿਆ ਤੇ ਮਨ ਗਿਆ ਰੰਗਿਆ ਤੇ ਹਰਦਾ ਗਿਆ ਪ੍ਰੇਮ ਦੇ ਵਿੱਚ ਤੇ ਨੈਣਾਂ ਦੀ ਨਿਹਾਰ ਕਿਉਂ ਬਦਲ ਗਈ ਨੈਣ ਕਿਉਂ ਪ੍ਰੇਮ ਅੰਮ੍ਰਿਤਮਈ ਹੋ ਗਏ ਤੇ ਫਿਰ ਉੱਤਰ ਮਿਲਦਾ ਕਿ ਇਹ ਜੋ ਨੈਣ ਹਨ ਅਸਲ ਵਿੱਚ ਮਹਾਰਾਜ ਜੀ ਸੰਦੇਸ਼ ਦੇ ਰਹੇ ਨੇ ਕਿ ਜਦੋਂ ਮਨ ਰੰਗਿਆ ਗਿਆ ਨਾ ਮਨ ਮਨ ਬਦਲ ਗਿਆ ਮਨ ਦਾ ਰੰਗ ਪ੍ਰੇਮ ਦਾ ਰੰਗ ਚੜ ਗਿਆ ਦੁਨੀਆਦਾਰੀ ਦਾ ਰੰਗ ਲੱਥ ਕੇ ਉਸ ਵਕਤ ਮਨ ਦੇ ਬਦਲ ਜਾਣ ਦੇ ਨਾਲ ਵਿਚਾਰ ਬਦਲ ਗਏ ਜਿਉਣ ਦਾ ਢੰਗ ਬਦਲ ਗਿਆ ਜਿਉਣ ਦਾ ਤਰੀਕਾ ਬਦਲ ਗਿਆ ਵੇਖਣ ਦਾ ਨਜ਼ਰੀਆ ਬਦਲ ਗਿਆ ਜੋ ਦਿਨ ਦਾ ਜੋ ਅਗੇ ਕਮਕਾਰ ਸੰ ਸੁਭਾਅ ਬਦਲ ਗਿਆ ਉਹ ਕਮਕਾਰ ਬਦਲ ਗਏ ਹੋਇਆ ਕੀ ਮਨ ਬਦਲਣ ਦੇ ਨਾਲ ਜਿਵੇਂ ਸਾਰਾ ਜੀਵਨ ਹੀ ਬਦਲ ਗਿਆ ਤੇ ਮਨ ਬਦਲਣ ਦੇ ਨਾਲ ਸਰੀਰ ਦੀ ਨੁਹਾਰ ਹੀ ਬਦਲ ਗਈ ਜਦੋਂ ਸਰੀਰ ਦੀ ਨੁਹਾਰ ਬਦਲ ਗਈ ਸਾਰੀ ਤੇ ਸਰੀਰ ਦੇ ਵਿੱਚ ਜੋ ਅੱਖਾਂ ਹਨ ਉਹ ਵਿਸ਼ੇਸ਼ ਸਥਾਨ ਰੱਖਦੀਆਂ ਨੇ ਕਿਉਂ ਰੱਖਦੀਆਂ ਨੇ ਕਿਉਂਕਿ ਬਹੁਤ ਜ਼ਿਆਦਾ ਇਹ ਸੂਖਸ਼ਮ ਹਨ ਤੇ ਸਤਿਗੁਰਾਂ ਨੇ ਆਖਿਆ ਕਿ ਜਦੋਂ ਫਿਰ ਇਵੇਂ ਮਨ ਬਦਲਿਆ ਸਰੀਰ ਬਦਲਿਆ ਨਾਲ ਅੱਖਾਂ ਵੀ ਬਦਲ ਗਈਆਂ ਤੇ ਅੱਖਾਂ ਹੀ ਸੂਚਕ ਹਨ ਸਾਡੇ ਮਨ ਦਾ ਸ਼ੀਸ਼ਾ ਹਨ ਜਿਵੇਂ ਅੱਖਾਂ ਜੋ ਸਾਡੇ ਮਨ 'ਚ ਭਾਵ ਆਉਂਦਾ ਅੱਖਾਂ ਨੂੰ ਅੱਖਾਂ ਤੋਂ ਪਹਿਲਾਂ ਪਤਾ ਲੱਗ ਜਾਂਦਾ ਵੇਖੋ ਗੁੱਸਾ ਮਨ ਵਿੱਚ ਹੀ ਆਉਂਦਾ ਲਾਲ ਨੇਤਰ ਹੋ ਜਾਂਦੇ ਨੇ ਗੁੱਸਾ ਮਨ ਵਿੱਚ ਆਉਂਦਾ ਪ੍ਰੇਮ ਮਨ ਵਿੱਚ ਆਉਂਦਾ ਮਨ ਪ੍ਰੇਮ ਨਾਲ ਰੰਗਿਆ ਜਾਂਦਾ ਤੇ ਨੇਤਰ ਅੰਮ੍ਰਿਤ ਨਾਲ ਭਰ ਜਾਂਦੇ ਹਨ ਐਸੇ ਸਤਗੁਰਾਂ ਦੇ ਉੱਥੇ ਜਿਨਨੇ ਵੀ ਦیدار ਕੀਤੇ ਮੋਇਆ ਗਿਆ ਜਿਨਨੇ ਵੀ ਦਰਸ਼ਨ ਕੀਤੇ ਗੁਰੂ ਨਾਨਕ ਦੇਵ ਜੀ ਦਾ ਹੋ ਕੇ ਰਹਿ ਗਿਆ ਮਰਦਾਨਾ ਸਤਗੁਰਾਂ ਦੇ ਨਾਲ ਸੀ ਤੇ ਸਤਗੁਰਾਂ ਦੀ ਉਹ ਰਹਿਮਤ ਭਰੀ ਜੋ ਨਿਗਾਹ ਸੀ ਨੇ ਨਦਰੇ ਰਹਿਮਤ ਸੇ ਜਿਸ ਤਰਫ ਨਾਨਕ ਇਸ਼ਾਰਾ ਕਰ ਦਿਆ ਕਿਉਂਕਿ ਅਮਰਤ ਨਾ ਭੇਜ ਗਏ ਹੁਣ ਨੈਣ ਬਦਲ ਗਿਆ ਸਤਗੁਰਾਂ ਦਾ ਉਹ ਦਰਸ਼ਨ ਉਹ ਦੇਖ ਸਤਗੁਰਾਂ ਦੀ ਦ੍ਰਿਸ਼ਟੀ ਦੇ ਵਿੱਚ ਹੁਣ ਐਸੀ ਅਮਰਤ ਮਈ ਤਸੀਰ ਆ ਗਈ ਐਸਾ ਅਮਰਤ ਆ ਗਿਆ ਕਿ ਜਿਸ ਬਾਬਤ ਗੁਰਬਾਣੀ ਵਿੱਚ ਲਿਖਿਆ ਕਿ ਸੂਕੇ ਹਰੇ ਕੀ ਏਖ ਨਮਾਹੇ ਅੰਮ੍ਰਿਤ ਦ੍ਰਿਸ਼ਟ ਸਿੰਚ ਜੀਵਾ ਹੈ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਆ ਗਿਆ ਸਤਿਗੁਰਾਂ ਨੇ ਫਿਰ ਜਿਸ ਤਰਫ ਵੀ ਵੇਖਿਆ ਆਪਣੇ ਐਸੇ ਨੈਣਾਂ ਦੇ ਨਾਲ ਨਦਰੇ ਰਹਿਮਤ ਸੇ ਜਿਸ ਤਰਫ ਨਾਨਕ ਇਸ਼ਾਰਾ ਕਰ ਦਿਆ ਜਰਰੇ ਕੋ ਸੂਰਜ kia ਕਤਰੇ ਕੋ ਦਰਿਆ ਕਰ ਦਿਆ ਜਿਸ ਤਰਫ ਵੀ ਸਤਿਗੁਰਾਂ ਨੇ ਆਪਣੇ ਨੇਤਰਾਣਾ ਵੇਖਿਆ ਇੰਨੀ ਜਿਆਦਾ ਤਾਕਤ ਸੀ ਕਵੀ ਸਿੰਬਲਿਜ਼ਮ ਵਰਤਦਾ ਇੱਥੇ ਸਿੰਬਲਾਈਜ਼ ਕਰਦਾ ਸਤਗੁਰਾਂ ਦੇ ਨੈਣਾਂ ਦੀ ਉਸ ਤਾਕਤ ਨੂੰ ਉਸ ਸੱਤਾ ਨੂੰ ਕਿ ਨਹੀਂ ਤਾਕਤ ਕਿ ਇੱਕ ਜ਼ਰਰੇ ਨੂੰ ਇੱਕ ਐਟਮ ਨੂੰ ਇੱਕ ਸੂਰਜ ਵਰਗਾ ਕਰ ਦੇਵੇ ਇੱਕ ਬੂੰਦ ਨੂੰ ਇੱਕ ਡ੍ਰੌਪ ਨੂੰ ਦਰਿਆ ਵਰਗਾ ਕਰ ਦੇਵੇ ਸਮੁੰਦਰ ਵਰਗਾ ਕਰ ਦੇਵੇ ਤੇ ਐਵੇਂ ਬਦਲ ਦੇਵੇ ਰੂਪ ਰੂਪਾਂਤਰ ਕਰ ਦੇਵੇ ਸਤਿਗੁਰਾਂ ਦੀ ਐਸੀ ਨਿਗਾਹ ਐਨੀ ਜਿਆਦੀ ਤਾਕਤ ਸੱਤਾ ਇੰਨੀ ਪੋਜ਼ਿਟਿਵ એનર્ਜੀ ਸਤਿਗੁਰਾਂ ਦੇ ਨੈਣਾ ਵਿੱਚ ਐਸਾ ਅੰਮ੍ਰਿਤ ਆ ਗਿਆ ਕਿ ਜਿਸ ਤਰਫ ਨਜ਼ਰੇ ਰਹਿਮਤ ਸੇ ਜਿਸ ਤਰਫ ਨਾਨਕ ਇਸ਼ਾਰਾ ਕਰ ਦਿਆ ਜਰਰੇ ਸੇ ਸੂਰਜ ਕਿਆ ਕਤਰੇ ਸੇ ਦਰਿਆ ਕਰ ਦਿਆ ਦੰਤ ਸੇ ਸਾਧੂ ਬਣਾ ਸੱਜਣ ਵੀ ਸੱਜਣ ਹੋ ਗਿਆ ਇਸ ਤਰੀਕੇ ਨਾਲ ਸਤਿਗੁਰਾਂ ਨੇ ਜਿੱਧਰ ਵੀ ਇਸ਼ਾਰਾ ਕੀਤਾ ਨੈਣਾ ਦੇ ਨਾਲ ਜਿੱਧਰ ਵੀ ਨਿਗਾਹ ਪਾਈ ਮਨ ਬਦਲ ਦਿੱਤੇ ਸੰਸਾਰ ਨੂੰ ਬਦਲ ਦਿੱਤਾ ਸਤਿਗੁਰੂ ਜੀ ਹੁਣ ਪਾਈ ਮਰਦਾਨੇ ਨੂੰ ਨਾਲ ਲਿਆ ਵਹੀਂ ਚੋਂ ਨਿਕਲੇ ਤੇ ਮਰੀਆਂ ਵਿੱਚ ਜਾ ਕੇ ਬਹਿ ਗਏ ਸੁਲਤਾਨ ਕੋਲ ਨਹੀਂ ਗਏ ਤੇ ਹੁਣ ਸੁਲਤਾਨ ਕੋਲ ਤਾਂ ਨਹੀਂ ਗਏ ਕਿਉਂਕਿ ਵੱਖਰਾ ਹੀ ਉਹਨਾਂ ਦੇ ਮਨ ਦਾ ਜੋ ਅੱਖੇ ਪ੍ਰਭਾਵ ਸੀ ਮਨ ਤੇ ਐਸਾ ਪਿਆ ਪਰਮਾਤਮਾ ਦੇ ਦਰਸ਼ਨਾਂ ਦਾ ਉਹਨਾਂ ਨੇ ਹੁਣ ਵੱਖਰਾ ਕੁਝ ਸੋਚਿਆ ਇੱਕ ਅਲੱਗ ਸੋਚਿਆ ਸਮਾਜ ਨੂੰ ਬਦਲਣ ਲਈ ਸੰਸਾਰ ਨੂੰ ਬਦਲਣ ਦੇ